ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਅਤੇ ਜਸ ਪੰਜਾਬੀ ਦੇਖਣ ਵਾਲੇ ਸਾਰੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਜਾਣੀ ਕਿ ਜਗਤਾਰ ਸਿੰਘ ਜੱਗੀ ਵੱਲੋਂ ਹਮੇਸ਼ਾ ਦੀ ਤਰ੍ਹਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹੈ ਅਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਤੁਹਾਨੂੰ ਪਤਾ ਕਿ ਸਾਡੀ ਟੀਮ ਜਿਹੜੀ ਹੈ ਨਿਊਯਾਰਕ ਤੋਂ ਚੱਲੀ ਹੋਈ ਹੈ, ਲਗਭਗ ਅੱਧੇ ਵਿੱਚ ਪਹੁੰਚ ਗਈ ਹੈ। ਅਤੇ ਜਿਹੜਾ ਸਾਡਾ ਹੈਗਾ ਰੋਡ ਟ੍ਰਿਪ ਚੱਲਦਾ, ਜਸ ਕ੍ਰੋਸ ਕੰਟਰੀ ਰੋਡ ਟ੍ਰਿਪ 2019, ਉਹ ਬੜੀ ਸਫਲਤਾਪੂਰਵਕ ਰਸਤੇ ਦੇ ਵਿੱਚ ਚੱਲਦਾ ਆ ਰਿਹਾ। ਹਰ ਸ਼ਹਿਰ ਦੇ ਵਿੱਚ ਪ੍ਰੋਗਰਾਮ ਹੋ ਰਹੇ ਨੇ ਔਰ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਵੀ ਸ਼ਹਿਰਾਂ ਦੇ ਵਿੱਚ ਸਾਡੇ ਪੰਜਾਬੀ ਨੇ ਪ੍ਰੋਗਰਾਮ ਕਰਵਾ ਰਹੇ ਨੇ, ਟਾਈਮ ਕੱਢ ਕੇ ਆ ਰਹੇ ਨੇ ਪ੍ਰੋਗਰਾਮਾਂ 'ਤੇ, ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸੋ ਸਲਿੰਗ ਦੁਆਰਾ ਇਹ ਹੈਗਾ ਜੀ ਸਾਰਾ ਪ੍ਰੋਗਰਾਮ ਜਿਹੜਾ ਸਪੋਂਸਰ ਕੀਤਾ ਗਿਆ ਸਾਡਾ ਰੋਡ ਟ੍ਰਿਪ ਜਿਹੜਾ। ਅਤੇ ਉਦੋਂ ਬਾਅਦ ਫਿਰ ਯੂਬਾ ਸਿਟੀ ਜਿਵੇਂ ਤੁਹਾਨੂੰ ਪਤਾ ਪਹੁੰਚਣਾ, ਅਤੇ ਸੈਕਰਾਮੈਂਟੋ ਵੀ 4-5 ਦਿਨ ਦਾ ਹੈਗਾ ਟ੍ਰਿਪ ਉਹਨਾਂ ਦਾ, ਸਾਡੀ ਸਾਰੀ ਟੀਮ ਦਾ, ਇੱਥੇ ਮਿਲਾਂਗੇ ਸਾਰਿਆਂ ਨੂੰ। ਫਿਰ ਯੂਬਾ ਸਿਟੀ ਦਾ ਜਿਹੜਾ ਲਾਈਵ ਪ੍ਰੋਗਰਾਮ 3 ਦਿਨ ਕਰੀਦਾ ਅਸੀਂ, ਸ਼ੁੱਕਰਵਾਰ, ਸ਼ਨੀਵਾਰ, ਐਤਵਾਰ, ਉਹ ਕਰਾਂਗੇ 1, 2, 3 ਨਵੰਬਰ ਨੂੰ ਜਿਹੜਾ ਹੋਣਾ। ਅਤੇ ਤੁਹਾਨੂੰ ਪਤਾ ਹੀ ਹੈ ਸਾਡੀ ਸਾਰੀ ਟੀਮ ਇੱਥੇ ਹੁੰਮ ਹੁਮਾ ਕੇ ਪਹੁੰਚਦੀ ਹੈ ਔਰ ਐਤਕੀ ਵੀ ਉਸੇ ਤਰ੍ਹਾਂ ਅਸੀਂ ਸਾਰਾ ਇਹ ਸਿੱਧਾ ਪ੍ਰਸਾਰਣ ਜਿਹੜਾ ਤੁਹਾਨੂੰ ਦਿਖਾਵਾਂਗੇ। ਲਓ ਜੀ, ਗੱਲ ਅੱਜ ਕਿਹੜੀ ਕਰਨੀ? ਅੱਜ ਕੋਈ ਹੋਰ ਤਾਂ ਕੋਈ ਖਾਸ ਗੱਲ ਹੈ ਨਹੀਂ। ਮੈਂ ਅੱਜ ਸੋਚਦਾ ਵੀ ਕਿਉਂ ਨਾ ਕਾਫੀ ਦੇਰ ਬਾਅਦ ਅੱਜ ਗੱਲ ਕੀਤੀ ਜਾਵੇ ਰਾਜਨੀਤੀ, ਅੱਜ ਦਾ ਟੌਪਿਕ ਰਾਜਨੀਤੀ। ਉਹਦਾ ਕਾਰਨ ਇਹ ਵੀ ਹੈ ਕਿ ਅਕਸਰ ਜਦੋਂ ਕਿ ਪੰਜਾਬ ਦੀਆਂ ਵੋਟਾਂ ਦੀ ਗੱਲ ਕਰੀਏ ਜਾਂ ਕਿਸੇ ਤਰ੍ਹਾਂ ਦੀਆਂ ਵੋਟਾਂ ਦੀ ਗੱਲ ਕਰੀਏ ਅਤੇ ਵੋਟਾਂ ਦੀ ਗੱਲ ਹੁੰਦੀ ਆ ਤਾਂ ਮੁੱਦਾ ਦੇ ਵਿੱਚ ਸਾਡੇ ਦਰਸ਼ਕ ਜਿਹੜੇ ਨੇ ਘਰਾਂ ਵਿੱਚ ਬੈਠੇ, ਉਹ ਆਪਣੇ ਦਿਲ ਦੀ ਭੜਾਸ ਕਹਿ ਲਓ ਜਾਂ ਦਿਲ ਦੇ ਵਿਚਾਰ ਜਿਹੜੇ ਆ ਉਹ ਲੱਖਾਂ ਪੰਜਾਬੀਆਂ ਨਾਲ ਸਾਂਝੇ ਕਰ ਲੈਂਦੇ ਹੁੰਦੇ ਆ। ਹੁਣ ਮੁੱਦਾ ਦੇ ਵਿੱਚ ਅੱਜ ਕੱਲ੍ਹ ਗੱਲਾਂ ਨਹੀਂ ਲਈਆਂ ਜਾ ਰਹੀਆਂ, ਅਤੇ ਪੰਜਾਬ ਦੇ ਵਿੱਚ ਇਲੈਕਸ਼ਨਾਂ ਹੋ ਕੇ ਹਟੀਆਂ, ਹਰਿਆਣੇ 'ਚ ਹੋ ਕੇ ਹਟੀਆਂ, ਮਹਾਰਾਸ਼ਟਰ ਦੇ ਵਿੱਚ ਹੋ ਕੇ ਹਟੀਆਂ, ਹਿਮਾਚਲ ਦੇ ਵਿੱਚ ਵੀ ਜ਼ਿਮਨੀ ਚੋਣਾਂ ਹੋਈਆਂ। ਫਿਰ ਮੈਂ ਇਹ ਸੋਚਿਆ ਵੀ ਤੁਸੀਂ ਟੀ ਵੀ 'ਤੇ ਦੇਖਦੇ ਰਹਿੰਦੇ ਹੋ ਸਾਰਾ ਕੁਛ, ਬਹਿਸ ਜਿਹੜੀ ਲੀਡਰਾਂ ਦੀ ਹੈ, ਲੜਾਈ ਚੜ੍ਹਾਈ, 4 ਲੀਡਰ ਬੈਠੇ ਨੇ ਚੈਨਲ ਦੇ ਉੱਪਰ, ਉਹ ਇੱਕ ਤੋਂ ਉਹਨੂੰ ਗਾਲਾਂ ਕੱਢੀ ਜਾਂਦੇ, ਉਹਨੂੰ ਕਹੀ ਜਾਂਦੇ ਵੀ ਅਸੀਂ ਇਹ ਅਸੀਂ ਉਹ, ਵੀ ਤੁਹਾਡੇ ਦਿਲ ਦੀ ਗੱਲ ਜਿਹੜੀ ਆ ਉਹ ਸ਼ਾਇਦ ਕਾਲਾਂ ਜਿਹੜੀਆਂ ਨਾ ਹੋਣ ਕਰਕੇ ਅਤੇ ਤੁਹਾਡੇ ਦਿਲ ਦੀ ਗੱਲ ਲੋਕਾਂ ਤੱਕ ਨਹੀਂ ਪਹੁੰਚਦੀ। ਆਪਸ ਵਿੱਚ ਡਿਸਕਸ ਕਰ ਲੈਂਦੇ ਆਪਾਂ, ਘਰ ਡਿਸਕਸ ਕਰ ਲੈਂਦੇ ਹਾਂ, 4 ਬੰਦੇ ਬਾਹਰ ਡਿਸਕਸ ਕਰ ਲੈਂਦੇ ਹਾਂ ਜਾਂ ਗੁਰੂ ਘਰ ਦੇ ਵਿੱਚ ਬੈਠ ਕੇ ਡਿਸਕਸ ਕਰ ਲੈਂਦੇ ਵੀ ਆਹ ਹੋ ਗਿਆ, ਆਹ ਚੰਗਾ ਹੋਇਆ, ਆਹ ਮਾੜਾ ਹੋਇਆ। ਸੋ ਮੈਂ ਸੋਚਿਆ ਵੀ ਅੱਜ ਦਾ ਰਾਜਨੀਤੀ ਲਫਜ਼ ਇੱਕ ਹੈਗਾ, ਰਾਜਨੀਤੀ ਜਾਣੀ ਬਹੁਤ ਸਾਰੇ ਸਾਡੇ ਪੋਲੀਟੀਕਲ ਪਾਰਟੀਆਂ ਇਹ ਵੀ ਕਹਿੰਦੀਆਂ ਵੀ ਰਾਜ ਨਹੀਂ ਸੇਵਾ। ਅੱਛਾ, ਰਾਜਨੀਤੀ ਦੇ ਮਾਇਨੇ ਜਿਹੜੇ ਆ, ਮੈਂ ਇਹ ਸਮਝਦਾ ਰਾਜਨੀਤੀ ਸ਼ੁਰੂ ਤੋਂ ਚੱਲੀ ਆ ਰਹੀ, ਸ਼ੁਰੂ ਤੋਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਰਾਜਨੀਤੀ ਚੱਲੀ ਆ ਰਹੀ ਹੈ। ਅਗਰ ਰਾਜਨੀਤੀ ਗੁਰੂ ਨਾਨਕ ਦੇਵ ਜੀ ਵਿੱਚ ਨਾ ਹੁੰਦੀ ਤਾਂ ਬਾਬਰ ਨਾਲ ਉਹ ਮੱਥਾ ਨਾ ਲਾ ਪਾਉਂਦੇ। ਸੋ ਰਾਜਨੀਤੀ ਹੋਣੀ ਜ਼ਰੂਰੀ ਵੀ ਹੈ, ਪਰ ਉਦੋਂ ਕਹਿ ਲਓ ਜਾਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕਹਿ ਲਓ ਜਾਂ ਅੱਜ ਤੋਂ 30-40 ਸਾਲ 50 ਸਾਲ ਪਹਿਲਾਂ ਦੀ ਰਾਜਨੀਤੀ ਦੀ ਗੱਲ ਕਰ ਲਓ, ਉਹ ਰਾਜਨੀਤੀ ਦਾ, ਰਾਜ ਦੀ ਰਾਜਨੀਤੀ ਦਾ ਫਰਕ ਪੈ ਗਿਆ, ਬਹੁਤ ਜ਼ਮੀਨ ਅਸਮਾਨ ਦਾ ਫਰਕ ਪੈ ਗਿਆ। ਰਾਜਨੀਤੀ ਤਾਂ ਗੋਰਿਆਂ ਨੇ ਵੀ ਕੀਤੀ ਹੈ, ਉਹਨਾਂ ਨੇ ਕਿਹੜਾ ਘੱਟ ਕੀਤੀ ਹੈ, ਪਾੜੋ 'ਤੇ ਰਾਜ ਕਰੋ ਵਾਲੀ ਰਾਜਨੀਤੀ ਕੀਤੀ ਹੈ, ਉਹ ਸਾਡੇ ਵਿੱਚ ਆ ਗਈ, ਉਹ ਸਾਡੇ ਗਾਹਾਂ ਘਰਾਂ ਦੇ ਵਿੱਚ ਆ ਗਈ। ਅੱਜ ਅਗਰ ਰਾਜਨੀਤੀ ਦੀ ਗੱਲ ਕਰੀਏ ਤਾਂ ਰਾਜਨੀਤੀ ਹਰ ਜਗ੍ਹਾ ਹੀ ਹਾਵੀ ਹੋਈ ਹੋਈ ਆ, ਹਰ ਜਗ੍ਹਾ, ਚਾਹੇ ਉਹ ਕਹਿ ਲਓ ਖੇਡਾਂ ਦੀ ਗੱਲ ਕਰ ਲਓ, ਉਹਦੇ 'ਚ ਪਤਾ ਲੱਗਦਾ ਜੀ ਆਹ ਪਲੇਅਰ ਜਿਹੜਾ ਹੈਗਾ ਵੀ ਇਹ ਆਪਣਾ ਇਹਦਾ ਨੰਬਰ ਲੱਗਣਾ ਨਹੀਂ, ਉਹਦਾ ਜੀ ਕਿਉਂ ਨਹੀਂ ਲੱਗਣਾ। ਉਹ ਜੀ ਸਾਡੇ ਜਿਹੜੇ ਹੁਣ ਬਣ ਗਏ ਨਵੇਂ ਕ੍ਰਿਕਟ ਕੰਟਰੋਲ ਬੋਰਡ ਦੇ ਸੈਕਟਰੀ, ਉਹ ਅਮਿਤ ਸ਼ਾਹ ਜੀ ਦੇ ਬੇਟੇ ਨੇ, ਉਹਨਾਂ ਨੇ ਕਿਹਾ ਵੀ ਨਹੀਂ ਆਪਾਂ ਇਹ ਖਿਡਾਰੀ ਨਹੀਂ ਖਿਡਾਉਣਾ, ਦੂਜਾ ਖਿਡਾਉਣਾ। ਇਹ ਰਾਜਨੀਤੀ ਖੇਡਾਂ ਵਿੱਚ ਵੀ ਆ ਗਈ, ਰਾਜਨੀਤੀ ਹੈਲਥ ਸਿਸਟਮ ਦੇ ਵਿੱਚ ਆ ਗਈ, ਰਾਜਨੀਤੀ ਇੱਥੋਂ ਤੱਕ ਕਿ ਇੱਕ ਹੁਣ ਅਸੀਂ ਪਿੱਛੇ ਜੇ ਜੋਕ ਵੀ ਕੀਤਾ ਸੀਗਾ ਕਿ ਉਹ ਵੈਲੰਟਾਈਨ ਡੇ ਵਿੱਚ ਵੀ ਰਾਜਨੀਤੀ ਆ ਗਈ, ਕੈਸਟ ਦੇ ਵਿੱਚ ਉਹ ਜੋਕ ਕੀਤਾ ਸੀਗਾ ਵੀ ਕਹਿੰਦੇ ਵੀ ਵੈਲੰਟਾਈਨ ਡੇ ਵਾਲੇ ਦਿਨ ਇੱਕ ਮੁੰਡੇ ਨੇ ਇੱਕ ਕੁੜੀ ਨੂੰ ਬੜੇ ਪਿਆਰ ਦੇ ਨਾਲ ਕਮਲ ਦਾ ਫੁੱਲ ਭੇਂਟ ਕੀਤਾ ਅਤੇ ਕੁੜੀ ਨੇ ਅੱਗੇ ਵੱਟ ਕੇ ਚਪੇੜ ਮਾਰਤੀ। ਜੋਕ ਪੁਰਾਣਾ ਇਹ ਆਮ ਆਦਮੀ ਪਾਰਟੀ ਉਦੋਂ ਨਹੀਂ ਸੀਗੀ ਤਾਂ ਉਦੋਂ ਜੋ ਕਿ ਇੱਥੋਂ ਤੱਕ ਸੀ ਵੱਟ ਕੇ ਚਪੇੜ ਮਾਰਤੀ, ਅਤੇ ਮੁੰਡਾ ਕਹਿੰਦਾ ਵੀ ਭੈਣ ਜੀ ਆਹ ਕੀ ਕੀਤਾ, ਮੈਂ ਤੁਹਾਨੂੰ ਬੜੇ ਪਿਆਰ ਦੇ ਨਾਲ ਕਮਲ ਦਾ ਫੁੱਲ ਭੇਂਟ ਕੀਤਾ, ਤੁਸੀਂ ਮੇਰੇ ਚਪੇੜ ਮਾਰਤੀ। ਅਤੇ ਕੁੜੀ ਅੱਗੇ ਉਹ ਕਹਿੰਦੀ ਵੀ ਭਾਜੀ ਅਸਲ ਦੇ ਵਿੱਚ ਵੋਟਾਂ ਦੇ ਦਿਨ ਚੱਲਦੇ ਨੇ, ਹਰ ਕੰਮ 'ਚ ਰਾਜਨੀਤੀ ਹੈ, ਤੁਸੀਂ ਮੈਨੂੰ BJP ਦਾ ਚੋਣ ਨਿਸ਼ਾਨ ਦਿੱਤਾ ਅਤੇ ਮੈਂ ਤੁਹਾਨੂੰ ਕਾਂਗਰਸ ਦਾ ਪੰਜਾ ਮੋੜਤਾ। ਫਿਰ ਜਦੋਂ ਆਮ ਆਦਮੀ ਪਾਰਟੀ ਆ ਗਈ ਤਾਂ ਜੋਕ ਅੱਗੇ ਥੋੜ੍ਹਾ ਜਿਹਾ ਹੋਰ ਤੁਰ ਪਿਆ,
ਵੀ ਕਾਂਗਰਸ ਦਾ ਪੰਜਾਬ ਮੋੜਤਾ ਅਤੇ ਪਿੱਛੇ ਇੱਕ ਬੀਬੀ ਝਾੜੂ ਚੱਕੀ ਆਉਂਦੀ ਸੀ ਅਤੇ ਉਹ ਮੁੰਡਾ ਕਹਿੰਦਾ ਜੀ ਤੁਸੀਂ ਕੌਣ ਆਂਟੀ ਜੀ? ਕਹਿੰਦੀ ਮੈਂ ਝਾੜੂ ਵਾਲੀ ਹਾਂ। ਖੜ ਜਾ ਤੈਨੂੰ ਮੈਂ ਦੱਸਦੀ ਕੁੜੀ ਨੂੰ ਛੇੜਿਆ ਕਿਵੇਂ ਸਾਡੀ ਨੂੰ। ਮਤਲਬ ਕਹਿਣ ਦਾ ਰਾਜਨੀਤੀ ਹਰ ਚੀਜ਼ ਦੇ ਵਿੱਚ ਆ ਕਿ ਰਾਜਨੀਤੀ ਖੈਰ ਆਉਣੀ ਚਾਹੀਦੀ, ਕੋਈ ਵੱਡੀ ਗੱਲ ਨਹੀਂ। ਸਭ ਤੋਂ ਪਹਿਲਾ ਕੰਮ ਰਾਜਨੀਤੀ ਜਿਹੜੀ ਹੈ ਸਰਪੰਚੀ 'ਚ ਵੜੀ ਹੈ, ਪਿੰਡਾਂ ਦੇ ਵਿੱਚ ਵੜੀ ਹੈ। ਪਿੰਡਾਂ ਦੇ ਵਿੱਚ ਪਹਿਲਾਂ ਰਾਜਨੀਤੀ ਨਹੀਂ ਸੀ ਹੁੰਦੀ, ਪਿੰਡਾਂ ਦੇ ਵਿੱਚ ਸਿੱਧਾ ਸਿੱਧਾ ਵੋਟਾਂ ਹੁੰਦੀਆਂ ਸੀਗੀਆਂ, ਕੁਝ ਇੱਕ ਪਾਰਟੀ ਦੀਆਂ, ਕੋਈ ਦੂਜੀ ਪਾਰਟੀ ਦੀਆਂ। ਮੁੜ ਕੇ ਆ ਗਿਆ ਜੀ ਸਰਪੰਚ, ਇਸ ਪਾਰਟੀ ਦਾ ਹੋਣਾ ਚਾਹੀਦਾ ਸਰਪੰਚ, ਉਸ ਪਾਰਟੀ ਦਾ ਹੋਣਾ ਚਾਹੀਦਾ। ਸੋ ਰਾਜਨੀਤੀ ਨੇ ਇੱਥੋਂ ਤੱਕ ਰੰਗ ਖਿਲਾਤੇ, ਮਤਲਬ ਇੰਨੇ ਖਿੜ ਗਏ ਰੰਗ ਪੰਜਾਬ ਦੇ ਵਿੱਚ। ਪੰਜਾਬ ਦੀ ਰਾਜਨੀਤੀ ਦੀ ਗੱਲ ਆਪਾਂ ਕਰਾਂਗੇ, ਹਰਿਆਣੇ ਦੇ ਵਿੱਚ ਵੀ ਤੁਹਾਨੂੰ ਪਤਾ ਹੀ ਹੋਏਗਾ, ਵੈਸੇ ਤਾਂ ਖਬਰਾਂ ਦੇ ਵਿੱਚ ਆ ਰਿਹਾ ਵੀ 40 ਸੀਟਾਂ ਬੀਜੇਪੀ ਲਗਾਈ ਹੈ, 31 ਕਾਂਗਰਸ ਲਗਾਈ ਹੈ, 10 ਇੱਕ ਨਵਾਂ ਮੁੰਡਾ ਜਿਹੜਾ ਦੁਸ਼ਯੰਤ ਚੌਟਾਲਾ ਦੇਵੀ ਲਾਲ ਦਾ ਪੋਤਾ, ਉਹਨੇ ਹਿੰਮਤ ਮਾਰੀ ਹੈ, 2018 'ਚ ਪਾਰਟੀ ਬਣਾਈ ਸੀ ਅਤੇ ਇੱਕ ਸਾਲ ਦੇ ਵਿੱਚ ਵਿੱਚ ਉਹ 10 ਸੀਟਾਂ ਲੈ ਜਾਣਾ, ਬਹੁਤ ਵੱਡੀ ਗੱਲ, ਬਹੁਤ ਮਾਇਨਾ ਰੱਖਦੀ ਹੈ, ਯੰਗ ਮੁੰਡਾ ਅਜੇ। ਅਤੇ ਆ ਜਿਹੜੇ ਸਾਡੇ ਵਾਲੇ ਰਲੇ ਸੀ ਜਿਹਨਾਂ ਨਾਲ, ਅਕਾਲੀ ਦਲ ਅਤੇ ਇਨੈਲੋ ਵਾਲੇ, ਉਹਨਾਂ ਨੂੰ ਇੱਕ ਸੀਟ ਮਿਲੀ ਆ, ਉਹਨਾਂ ਨੂੰ ਵੀ, ਮਤਲਬ ਉਹ ਵੀ ਇਸੇ 'ਚੋਂ ਹੀ ਨੇ ਜਿਹੜਾ 10 ਸੀਟਾਂ ਲਗਿਆ, ਉਹਨਾਂ ਦੇ ਵਿੱਚੋਂ ਹੀ ਆ ਇਹ, ਉਹ ਦੇਵੀ ਲਾਲ ਦੇ ਮੁੰਡੇ ਨੇ, ਇਹ ਗਾਹਾਂ ਪੋਤਾ ਇੱਕ ਦਾ ਹੈਗਾ, ਇੱਕ ਦਾ ਗਾਹਾਂ ਮੁੰਡਾ। ਚਲੋ ਖੈਰ, ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੀ ਜਿਹੜੀ ਅਜੀਬ ਜਿਹੀ ਸਥਿਤੀ ਇਹ ਬਣੀ ਹੈ, ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ, ਕਿ 3 ਸੀਟਾਂ ਕਾਂਗਰਸ ਵਾਲੇ ਜਿੱਤੇ ਆ ਅਤੇ 1 ਜਿੱਤੇ ਅਕਾਲੀ ਦਲ। ਅੱਛਾ, ਸਭ ਤੋਂ ਜਿਹੜੀ ਪੰਜਾਬ ਦੀ ਰਾਜਨੀਤੀ ਜਿਹੜੀ ਸਮਝ ਨਹੀਂ ਆਈ, ਕਹਿੰਦੇ ਜੀ ਵੀ ਜਲਾਲਾਬਾਦ ਤੋਂ ਸੁਖਬੀਰ ਬਾਦਲ ਦੀ ਪਾਰਟੀ ਦਾ ਜਿਹੜਾ ਬੰਦਾ ਖੜਾ ਸੀਗਾ, ਸੁਖਬੀਰ ਬਾਦਲ ਦੀ ਜਗ੍ਹਾ ਖੜਾ ਸੀ, ਤਾਂ ਉਹ ਹਾਰ ਗਿਆ। ਅਤੇ ਕਾਂਗਰਸ ਵਾਲੇ ਕਹਿੰਦੇ ਜੀ ਵੀ ਇੱਥੇ ਇਸ ਗੱਲ 'ਤੇ ਸੁਖਬੀਰ ਬਾਦਲ ਨੂੰ ਅਕਾਲੀ ਦਲ ਤੋਂ ਪ੍ਰਧਾਨਗੀ ਤੋਂ ਅਸਤੀਫਾ ਦੇਣਾ ਚਾਹੀਦਾ, ਵੀ ਉਹਦੇ ਇਲਾਕੇ 'ਚੋਂ ਬੰਦਾ ਹਾਰ ਗਿਆ। ਅੱਛਾ, ਦੂਜੇ ਪਾਸੇ ਅਕਾਲੀ ਦਲ ਦੇਖ ਲਓ, ਕਹਿ ਰਹੇ ਨੇ ਉਹ 3 ਸੀਟਾਂ ਜਿੱਤ ਗਏ ਨੇ ਉਹ, ਅਤੇ ਉਹਨਾਂ ਨੂੰ ਕਹਿੰਦੇ ਜੀ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ, ਵੀ ਇਹ ਦਾਖਾ ਸੀਟ ਹਾਰ ਗਏ, ਮੁੱਲਾਪੁਰ ਦਾਖਾ ਹਾਰ ਗਏ, ਇਸ ਕਰਕੇ ਅਸਤੀਫਾ ਦੇਣਾ ਚਾਹੀਦਾ। ਦੱਸੋ, ਹੱਦ ਹੋ ਗਈ। ਉੱਧਰ ਵਿਚਾਰੇ ਆਮ ਆਦਮੀ ਪਾਰਟੀ ਵਾਲੇ ਜਿਹੜੇ, ਉਹਨਾਂ ਦਾ ਤਾਂ ਇਹ ਹਾਲ ਹੈ, ਨਾ 3 'ਚ, ਨਾ 13 'ਚ, ਨਾ ਕਲੱਚਾਂ 'ਚ, ਨਾ ਗੇਰਾਂ 'ਚ, ਨਾ ਡੁੱਲਿਆ ਹੋਇਆ ਬੇਰਾਂ 'ਚ। ਸੋ ਉਹਨਾਂ ਨੇ ਜ਼ਮਾਨਤਾਂ ਤਕਰੀਬਨ ਕਹਿੰਦੇ ਜ਼ਬਤ ਹੋ ਗਈਆਂ। ਪਰ ਉਦੋਂ ਵੀ ਰਾਜਨੀਤੀ ਦਾ ਇੱਕ ਹੋਰ ਪੱਖ ਜਿਹੜਾ ਤੁਹਾਡੇ ਨਾਲ ਸਾਂਝਾ ਕਰਨਾ, ਉਹ ਇਹ ਹੈ, ਉਹ ਹੈਗਾ ਇੱਕ ਨੀਟੂ ਸ਼ਟਰਾਂ ਵਾਲਾ ਜੀ। ਕਹਿੰਦਾ ਜੀ ਮੈਂ ਪਿਛਲੀ ਵਾਰ ਇਲੈਕਸ਼ਨਾਂ 'ਚ ਖੜਿਆ ਸੀਗਾ, ਕਿ ਇਲੈਕਸ਼ਨਾਂ ਦੇ ਵਿੱਚ ਖੜਨ ਤੋਂ ਬਾਅਦ ਉਹਨੂੰ ਘਰ ਦੀਆਂ ਵੋਟਾਂ, ਕਹਿੰਦੇ ਸਾਡੇ 9 ਸੀਗੀਆਂ ਅਤੇ 5 ਵੋਟਾਂ ਪਈਆਂ ਸੀ, ਉਦੋਂ ਉਹਨੇ ਬੜਾ ਰੌਲਾ ਪਾਇਆ ਸੀ ਵੀ EVM ਮਸ਼ੀਨਾਂ 'ਚ ਹੇਰਾ ਫੇਰੀ ਹੋਈ ਆ, ਉਹ ਤੁਹਾਡਾ ਭਲਾ ਹੋ ਜੇ 4 ਵੋਟਾਂ ਪਿੱਛੇ ਮੋਦੀ ਸਾਹਿਬ ਨੇ EVM ਮਸ਼ੀਨਾਂ ਜਿਹੜੀਆਂ ਉਹਦੀਆਂ ਖਰਾਬ ਕਰਤੀਆਂ। ਚਲੋ ਖੈਰ, ਬੜੀ ਮਾੜੀ ਗੱਲ ਹੋਈ, ਬੜਾ ਪਿੱਟਿਆ ਉਦੋਂ ਉਹ, ਅਤੇ ਪਬਲਿਸਿਟੀ ਦਾ ਸਟੰਟ ਹੁੰਦਾ। ਹੁਣ ਉਹਨੇ ਐਤਕੀ ਜਿਹੜੀਆਂ ਜ਼ਿਮਨੀ ਚੋਣਾਂ ਸੀਗੀਆਂ, ਚਾਰੇ ਸੀਟਾਂ ਦੇ ਉੱਪਰ ਆਪੋ ਆਪਣੇ ਬੰਦੇ ਘਰ ਦੇ ਬੰਦੇ ਖੜਾ ਰੱਖੇ ਸੀ, ਆਪ ਫਗਵਾੜੇ ਤੋਂ ਖੜਾ ਸੀਗਾ, ਮਾਂ ਉਹਦੀ ਜਲਾਲਾਬਾਦ ਤੋਂ ਖੜੀ ਸੀਗੀ, ਭੈਣ ਮੁਕੇਰੀਆਂ ਤੋਂ ਖੜਾ ਰੱਖੀ ਸੀ, ਅਤੇ ਘਰਵਾਲੀ ਜਿਹੜੀ ਉਹ ਦਾਖੇ ਤੋਂ, ਮੁੱਲਾਪੁਰ ਦਾਖਾ ਤੋਂ, ਦਾਖਾ ਵਾਲੀ ਸੀਟ ਤੋਂ ਖੜਾ ਰੱਖੀ ਸੀਗੀ। ਹੁਣਾ ਹੋਣਾ ਕੀ ਸੀ ਉਹ ਆਪਾਂ ਨੂੰ ਪਤਾ ਹੀ ਹੈ, ਮਤਲਬ ਉਹ ਤੋਂ ਉਹਨੂੰ ਤੋਂ ਮੈਨੂੰ ਲੱਗਦਾ ਹੀ ਨਹੀਂ ਕੋਈ ਪਾਰਟੀ ਵਾਲਾ ਉਹਨੂੰ ਕੋਈ ਗੋਲਦਾ ਵੀ ਹੋਊ ਮਾੜਾ ਮੋਟਾ ਵੀ ਇਹ ਕੌਣ ਹੈ। ਪਰ ਉਹਨੇ 60,000 ਰੁਪਈਆ 10% ਵਿਆਜ 'ਤੇ ਲਾ ਕੇ ਲੈ ਕੇ, ਅਤੇ ਇਹ ਜਿਹੜੀ ਭਰਦੇ ਹੁੰਦੇ ਆ ਫੀਸ ਕਾਗਜ਼ ਭਰਨ ਦੀ, ਉਹ ਭਰੀ ਸੀਗੀ। ਅਤੇ ਅੱਜ ਉਹਨੇ ਆਹ ਜਦੋਂ ਮਤਲਬ ਰਿਜ਼ਲਟ ਆਏ ਨੇ, ਅਤੇ ਕੱਪੜੇ ਆਪਦੇ ਪਾੜ 'ਤੇ ਉੱਥੇ ਬਾਹਰ ਖੜ੍ਹ ਕੇ ਬੁਰਾ ਹਾਲ ਡਰਾਮਾ ਕੀਤਾ ਵੀ ਬਹੁਤ ਵੱਡਾ ਉਹਦੇ ਨਾਲ ਧੋਖਾ ਹੋਇਆ, ਤਿੰਨਾਂ ਨੇ ਰਲ ਕੇ ਉਹਨੂੰ ਹਰਾਇਆ, ਅਕਾਲੀਆਂ ਨੇ, BJP ਵਾਲਿਆਂ ਨੇ ਅਤੇ ਕਾਂਗਰਸ ਵਾਲਿਆਂ ਨੇ ਉਹਨੂੰ ਹਰਾਇਆ, ਰਲ ਕੇ ਤਿੰਨਾਂ ਨੇ। ਮਤਲਬ ਕਹਿਣ ਦਾ ਇਹ ਹੈ ਕਿ ਸਾਡੀ ਰਾਜਨੀਤੀ ਜਿਹੜੀ ਉਹ ਜਾ ਕਿੱਧਰ ਨੂੰ ਰਹੀ ਆ। ਵਿੱਚੋਂ ਗੱਲ ਜਿਹੜੀ ਹੈ ਇਹ ਵੀ ਹੈਗੀ, ਇੱਕ ਪਾਇਆ ਸੀ ਇਹਨਾਂ ਨੇ ਕਾਂਗਰਸ ਵਾਲਿਆਂ ਨੇ, ਕਿਹਨੇ ਪਾਇਆ ਸੀ ਹੁਣ ਸਟੇਟਸ ਆਪਣਾ ਟਵਿੱਟਰ ਦੇ ਉੱਪਰ, ਜਾਂ ਲੋਕਾਂ ਦੀ ਵੀ ਆਮ ਜ਼ੁਬਾਨ ਦੇ, ਦਬੀ ਜ਼ੁਬਾਨ ਦੇ ਵਿੱਚ ਇਹ ਗੱਲ ਲੋਕਾਂ ਦੀ ਆਮ ਕਹਿੰਦੇ ਸੁਣਦੇ ਡਿਸਕਸ ਕਰਦੇ ਸੁਣੇ ਜਾਂਦੇ ਆ, ਕਿ ਜਿਹੜੀਆਂ 2 ਸੀਟਾਂ BJP ਦੀਆਂ ਸੀ, ਫਗਵਾੜਾ ਅਤੇ ਮੁਕੇਰੀਆਂ, ਉਹਨਾਂ ਨੂੰ ਕਾਂਗਰਸ ਵਾਲਿਆਂ ਨੇ ਨਹੀਂ ਹਰਾਇਆ, ਕਾਂਗਰਸ ਨੇ ਨਹੀਂ ਹਰਾਇਆ ਉਹਨਾਂ ਨੂੰ, ਨਾ ਲੋਕਾਂ ਨੇ ਹਰਾਇਆ, ਫਿਰ ਬਚਿਆ ਕੌਣ ਜੀ ਜਿਹਨਾਂ ਨੇ ਹਰਾਇਆ। ਇਹ ਅਗਰ ਗੱਲ ਹੈਗੀ ਆ ਤਾਂ ਹੋਰ ਆਉਣ ਵਾਲੀਆਂ ਵਿਧਾਨ ਸਭਾ ਜਿਹੜੀਆਂ ਚੋਣਾਂ ਹੈਗੀਆਂ 2022 ਦੀਆਂ, ਅਤੇ ਉੱਥੇ ਤਾਂ ਫਿਰ ਇਹੀ ਗਾਣਾ ਚੱਲੂ, ਗੁਰਦਾਸ ਮਾਨ ਦਾ, ਲਾਈ ਬੇਕਦਰਾਂ ਨਾਲ ਯਾਰੀ ਟੁੱਟ ਗਈ ਤੜੱਕ ਕਰਕੇ, ਅਤੇ ਫਿਰ BJP ਵਾਲੇ ਸ਼ਾਇਦ ਇਹ ਵੀ ਕਹਾਉਣਗੇ ਭਲਾ ਹੋਇਆ ਲੜ ਨੇੜੇ ਉਹ ਛੁੱਟਿਆ, ਉਮਰ ਨਾ ਬੀਤੀ ਸਾਰੀ।
ਸੋ ਮੁੱਕਦੀ ਗੱਲ ਇਹ ਹੈ ਜੀ, ਆਉਣ ਵਾਲੀਆਂ ਵਿਧਾਨ ਸਭਾ ਜਿਹੜੀਆਂ ਉਹਦੇ ਵਿੱਚ ਬੀਜੇਪੀ ਅਤੇ ਅਕਾਲੀ ਦਲ ਦੇ ਅਲੱਗ ਅਲੱਗ ਹੋਣ ਦੀ ਕਾਫੀ ਸੰਭਾਵਨਾ ਵੱਧ ਗਈ ਆ ਇਹਨਾਂ ਵੋਟਾਂ ਦੇ ਵਿੱਚੋਂ। ਚਲੋ ਆਪਾਂ ਜਿਹੜੀ ਤੁਹਾਡੇ ਨਾਲ ਗੱਲਬਾਤ ਕਰਨੀ ਇਹ ਕਰਨੀ ਹੈ ਕਿ ਤੁਹਾਡਾ ਕੀ ਖਿਆਲ ਆ ਪੰਜਾਬ ਦੀ ਇਸ ਤਰ੍ਹਾਂ ਦੀ ਰਾਜਨੀਤੀ ਬਾਰੇ, ਇਹਦੇ ਪਿੱਛੇ ਕੀ ਲੱਗਦਾ, ਆਉਣ ਵਾਲੇ ਸਮੇਂ 'ਚ ਕੀ ਸੰਭਾਵਨਾ ਲੱਗਦੀ ਹੈ? ਵੈਸੇ ਤਾਂ ਸੰਭਾਵਨਾ ਤਾਂ ਹੁਣ ਕੋਈ ਲੱਗਦੀ ਹੈ ਨਹੀਂ ਬਾਹਲੀ, ਸੰਭਾਵਨਾ ਇਹੀ ਹੈ ਕਿ ਉਹ ਥਾਲੀ 'ਚ ਪਰੋਸ ਕੇ ਉਹਨਾਂ ਨੂੰ ਦੇ ਦਿੰਦੇ ਆ ਜੀ ਆਹ ਸੀਟ ਤੁਹਾਡੀ, ਅਤੇ ਉਹ ਥਾਲੀ 'ਚ ਪਰੋਸ ਕੇ ਦੂਜੀ 'ਚ ਕੋਈ ਸੋਨੇ ਦੀ 'ਚ ਅਤੇ ਕੋਈ ਚਾਂਦੀ 'ਚ, ਆਹ ਲਓ ਜੀ ਇਹ ਤੁਹਾਡੇ ਅੱਗੇ ਆ ਦੇਖੋ ਢੇਰੀ ਕਰਤੀ ਆ, ਤੁਹਾਡੇ ਅੱਗੇ ਢੇਰੀ ਕਰਤੀ, ਇਹ ਮੈਨੂੰ ਲੱਗਦਾ ਚੱਲਦਾ ਜਿਹੜੇ ਲੋਕਾਂ ਦੱਬੀ ਜ਼ਬਾਨ ਦੇ ਵਿੱਚ ਇਹ ਗੱਲ ਚੱਲਦੀ ਹੈ। ਪਰ ਇਹਦੇ ਬਾਰੇ ਇਹ ਨਹੀਂ ਕਿ ਇਹ ਸਾਡੀ ਰਾਏ ਹੈਗੀ, ਲੋਕਾਂ ਦੀ ਰਾਏ ਜਿਹੜੀ ਹੈ, ਮੈਂ ਅੱਜ ਪੜ੍ਹੇ ਸੁਣੇ ਸੋਸ਼ਲ ਮੀਡੀਆ ਅਖਬਾਰਾਂ ਪੜ੍ਹੀਆਂ ਦੇਖੀਆਂ ਅਤੇ ਉਹਨਾਂ ਦੇ ਵਿੱਚੋਂ ਇਹ ਚੀਜ਼ ਸਾਹਮਣੇ ਆਈ ਹੈ। ਸੋ ਪੰਜਾਬ ਦੀਆਂ ਇਲੈਕਸ਼ਨਾਂ ਬਾਰੇ ਕੀ ਵਿਚਾਰ ਨੇ ਤੁਹਾਡੇ, ਇਹਨਾਂ ਚਾਰ ਸੀਟਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ, ਕੀ ਦਿਲ ਦੇ ਵਲਵਲੇ ਨੇ, ਕੀ ਇਹਦੇ ਪਿੱਛੇ ਕੋਈ ਨਾ ਕੋਈ ਲੱਗਦਾ? ਵੈਸੇ ਈ ਵੀ ਐੱਮ ਮਸ਼ੀਨਾਂ ਵਾਲਾ ਤਾਂ ਮੈਨੂੰ ਕੋਈ ਲੱਗਦਾ ਨਹੀਂ ਝੋਲ ਚਾਲ, ਇਹ ਜਿਹੜੀਆਂ ਇਹਨਾਂ ਦੀਆਂ ਆਪਸੀ ਈ ਵੀ ਐੱਮ ਮਸ਼ੀਨਾਂ ਹੈਗੀਆਂ ਵੱਡੀਆਂ ਪਾਰਟੀਆਂ ਦੀਆਂ, ਉਹੀ ਰਲ ਜਾਂਦੀਆਂ ਨੇ, ਜਿਹੜੀਆਂ ਸੱਚੀ ਵਾਲੀਆਂ ਈ ਵੀ ਐੱਮ ਮਸ਼ੀਨਾਂ ਹੈਗੀਆਂ ਉਹਨਾਂ ਦੇ ਮੈਨੂੰ ਲੱਗਦਾ ਉਹਨਾਂ 'ਚ ਗੜਬੜ ਨਹੀਂ ਹੁੰਦੀ, ਗੜਬੜ ਜਿਹੜੀ ਇੱਧਰ ਉੱਧਰ ਹੀ ਹੁੰਦੀ ਹੈ। ਸੋ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਕੱਲ੍ਹਾਂ ਮੈਂ ਇਸ ਕਰਕੇ ਅੱਜ ਇਸ ਤਰ੍ਹਾਂ ਦਾ ਵਿਸ਼ਾ ਰੱਖਿਆ ਕਿ ਮੁੱਦਾ ਦੇ ਵਿੱਚ ਇਸ ਤਰ੍ਹਾਂ ਦਾ ਵਿਸ਼ਾ ਹੁੰਦਾ ਅਤੇ ਮੁੱਦਾ ਤਾਂ ਉਹ ਕਈ ਦਿਨ ਤੋਂ ਕੱਲ੍ਹਾਂ ਉਹ ਨਹੀਂ ਲੈ ਰਹੇ, ਰਸਤੇ ਦੇ ਵਿੱਚੋਂ ਪ੍ਰੋਗਰਾਮ ਕਰ ਰਹੇ ਨੇ, ਇਸ ਕਰਕੇ ਮੈਂ ਰੱਖਿਆ। ਤੁਸੀਂ ਆਪਣੀ ਕੋਈ ਵੀ ਗੱਲਬਾਤ ਕਹਿਣੀ ਚਾਹੁੰਦੇ ਹੋ ਪੰਜਾਬ ਦੀ ਰਾਜਨੀਤੀ ਬਾਰੇ, ਕਾਲ ਕਰਕੇ ਅਤੇ ਗੱਲਬਾਤ ਕਰ ਸਕਦੇ ਹੋ। ਫਿਲਹਾਲ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਜੀ ਇੱਕ ਵਾਰ ਫਿਰ ਤੇ ਗੱਲਬਾਤ ਜਿਹੜੀ ਚੱਲਦੀ ਅੱਜ ਆਪਣੀ ਰਾਜਨੀਤੀ ਦੀ ਗੱਲਬਾਤ ਚੱਲਦੀ ਹੈ ਅਤੇ ਰਾਜਨੀਤੀ ਕਹਿੰਦੇ ਬੜੀ ਖਤਰਨਾਕ ਚੀਜ਼ ਹੈਗੀ ਆ। ਮੈਂ ਕਾਫੀ ਵਿਚਰਨ ਦਾ ਮੌਕਾ ਮਿਲਿਆ ਸਾਨੂੰ, ਵੈਸੇ ਤਾਂ ਰਾਜਨੀਤੀ ਸਾਰੀਆਂ ਪਾਰਟੀਆਂ ਨਾਲ ਕਾਫੀ ਨੇੜਿਓਂ ਵਿਚਰਨ ਦਾ ਮੌਕਾ ਮਿਲਿਆ, ਔਰ ਰਾਜਨੀਤੀ ਵਾਕਈ ਇੱਕ ਐਸੀ ਚੀਜ਼ ਹੈਗੀ ਆ ਵੀ ਜਿਹੜੀ ਕਹਿਣਾ ਕੁਛ ਅਤੇ ਕਰਨਾ ਕੁਛ, ਸਭ ਤੋਂ ਵੱਡੀ ਗੱਲ ਇਹ ਹੈ ਵੀ ਰਾਜਨੀਤੀ ਦੇ ਵਿੱਚ ਕਹਿਣਾ ਕੁਛ ਅਤੇ ਕਰਨਾ ਕੁਛ। ਲੋੜ ਵੇਲੇ ਗਧੇ ਨੂੰ ਵੀ ਬਾਪ ਕਹਿ ਦਿੰਦੇ ਨੇ ਰਾਜਨੀਤੀਆਂ ਵਾਲੇ, ਅਤੇ ਜੇ ਨਹੀਂ ਤਾਂ ਕਈ ਵਾਰੀ ਬਾਪ ਨੂੰ ਵੀ ਗਧਾ ਕਹਿ ਦਿੰਦੇ, ਐਸੀ ਗੱਲ ਨਹੀਂ ਹੈਗੀ। ਚਲੋ ਖੈਰ ਆਪਾਂ ਇਹਨਾਂ ਗੱਲਾਂ 'ਚ ਨਹੀਂ ਪੈਣਾ। ਆਪਾਂ ਪੰਜਾਬ ਦੀਆਂ ਚਾਰ ਸੀਟਾਂ ਜਿਹੜੀਆਂ ਹੁਣ ਹੋਈਆਂ ਵਾ, ਤਿੰਨ ਕਾਂਗਰਸ ਲੈ ਗਈ ਹੈ, ਬਹੁਤ ਸਾਰੇ ਲੋਕ ਕਹਿੰਦੇ ਨੇ ਬੀਜੇਪੀ ਹਰੇ ਨਹੀਂ ਹੈਗੀ, ਹਰਾਈ ਗਈ ਹੈ, ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਕੱਲ੍ਹ ਲਵਾਂਗੇ। ਪਰ ਫਿਲਹਾਲ ਦਵਿੰਦਰ ਹੋਠੀ ਸਾਹਿਬ ਦੇਖਦੇ ਕਿਹੜੀ ਕਵਿਤਾ ਲੈ ਕੇ ਆਏ, ਕਈ ਵਾਰੀ ਤਾਂ ਬਾਹਲੀ ਬੰਬ ਕਵਿਤਾ ਲਿਆਉਂਦੇ ਨੇ, ਸਾਡੇ ਦਰਸ਼ਕ ਜਿਹੜੇ ਬਹੁਤ ਪਸੰਦ ਕਰਦੇ ਨੇ, ਜੇ ਮਿਲਦੇ ਨੇ ਕਿਤੇ ਉਦੋਂ ਵੀ ਕਹਿੰਦੇ ਨੇ, ਜ਼ਿਕਰ ਕਰਦੇ ਨੇ। ਹੋਠੀ ਸਾਹਿਬ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਭਾਅ ਜੀ, ਥੈਂਕ ਯੂ। ਨੇਤਾ ਜੀ ਜੈ ਹਿੰਦ। ਜੈ ਹਿੰਦ, ਠੀਕ ਹੈ। ਨੇਤਾ ਨੇਤਾ ਵੈਸੇ ਇੱਕ ਲੀਡਰ ਨਾਮ ਹੈਗਾ, ਲੀਡਰ ਕੇ ਲੀਡ ਕਰਨ ਵਾਲਾ ਬੰਦਾ। ਜੀ ਜੀ, ਅੰਗਰੇਜ਼ੀ ਚ ਠੀਕ ਹੈ। ਲੀਡ ਕਰਨ ਵਾਲਾ ਜਿਹੜਾ ਘਰ ਚ ਕੋਈ ਸਿਆਣਾ ਬੰਦਾ ਹੋਵੇ, ਕਈ ਵਾਰੀ ਚਾਰ ਭਰਾ ਨੇ ਜੇ ਤੇ ਬਜ਼ੁਰਗ ਜਿਹੜਾ ਉਹ ਵਿਚਾਲੜੇ ਨੂੰ ਜਾਂ ਛੋਟੇ ਨੂੰ ਜ਼ਿੰਮੇਵਾਰੀ ਦੇ ਦਿੰਦਾ ਵੀ ਉਹਨੂੰ ਲੱਗਦਾ ਵੀ ਇਹ ਬੰਦਾ ਲੀਡ ਕਰ ਸਕਦਾ ਘਰ ਨੂੰ, ਨਾ ਤਾਂ ਸਾਰੇ ਉਹਨੂੰ ਮੰਨਦੇ ਸੀਗੇ। ਅੱਜ ਕੱਲ੍ਹ ਪਰ ਨਹੀਂ, ਅੱਜ ਕੱਲ੍ਹ ਜਿਹੜਾ ਰਾਜਨੀਤੀ ਨੇ ਸਾਡਾ ਹੈਗਾ ਪਿਛਲੇ 20-25 ਸਾਲ ਤੋਂ, ਬਾਹਲਾ ਨਹੀਂ ਲੰਬਾ ਪੁਰਾਣਾ, ਪਿਛਲੇ 20-25 ਸਾਲ ਤੋਂ ਤਾਂ ਲੀਡਰੀ ਦਾ ਅਤੇ ਨੇਤਾ ਦਾ ਮਾਇਨਾ ਡਿਕਸ਼ਨਰੀ ਡੈਫੀਨੇਸ਼ਨ ਚੇਂਜ ਕਰਤੀ ਆ, ਹੈ ਨਾ? ਪਿਛਲੀ ਵਾਰੀ ਵਿਚਾਰੇ ਦਾ ਨੀਟੂ ਛੱਡਣਾ ਵਜਦਾ ਮਸ਼ੀਨਾਂ ਹੈ ਕਰ ਗਿਆ ਈਵੀਐਮ ਦੀਆਂ, ਉਹਦੀ ਵਾਰੀ ਵੀ ਹੋ ਜਾਂਦਾ ਕਈ ਵਾਰੀ, ਹੋਰ ਚਾਰ ਵੋਟਾਂ ਉਹਦੀਆਂ ਕੋਈ ਹੈਕ ਕਰ ਗਿਆ, ਦੱਸੋ ਕਿੱਡੀ ਵੱਡੀ ਗੱਲ ਹੈ। ਇਹ ਵੀ ਚਲੋ ਨੀਟੂ ਦੀ ਗੱਲ ਚੱਲੀ ਹੈ ਸ਼ਟਰਾਂ ਵਾਲੇ ਦੀ, ਕਾਫੀ ਅੱਜ ਵੀ ਕਾਫੀ ਚਰਚਾ ਦੇ ਵਿੱਚ ਹੈਗਾ, ਸਾਰੇ ਘੱਟੋ ਘੱਟ 18 ਕੈਮਰੇ ਵਾਲੇ ਤੇ 18 ਮਾਈਕਾਂ ਵਾਲੇ ਖੜੇ ਸੀ ਉਹਦੇ ਮੂਹਰੇ, ਤੇ ਉਹਨੂੰ ਪੁੱਛਣ ਵਾਸਤੇ ਵੀ ਨੀਟੂ ਸਾਹਿਬ ਕੀ ਮਹਿਸੂਸ ਕਰਦੇ ਹੋ, ਇਹ ਮਤਲਬ ਕੀ ਚੀਜ਼ ਕੀ ਸ਼ਾਇ ਆ ਇਹ ਨੀਟੂ ਜਿਹੜਾ ਕੀ ਹੈਗਾ, ਇਹਦੀ ਕੀ ਸੋਚ ਹੋ ਸਕਦੀ ਹੈ? ਸੋਚ ਕੀ ਹੈ, ਸ਼ੁਕਲ ਮੇਲਾ ਹੀ ਆ, ਏਦਾਂ ਵੀ ਥੋੜ੍ਹਾ ਬਹੁਤ ਮਸ਼ਹੂਰ ਹੋ ਗਿਆ, ਤੇ ਜਿੱਦਾਂ ਮੈਜੂ ਥੋੜ੍ਹਾ ਬਹੁਤ ਕਿਤੇ ਨਾ ਕਿਤੇ ਕੋਈ ਕੰਮ ਮੈਜੂ, ਕਿਤੇ ਕੋਈ ਮਾਡਲਿੰਗ ਮੂਡਲਿੰਗ ਮੈਜੂ, ਕੇ ਗੀਤ ਗਾ ਕੇ ਫਿਲਮ ਫੁਲਮ ਚਲਾ ਲੈਣਗੇ, ਕਿਉਂਕਿ ਸਟੰਟ ਕਾਫੀ ਚੱਲਿਆ ਜਿਹੜਾ ਏਦਾਂ ਦਾ ਬੰਦਾ ਕਿਸੇ ਪੁੱਠੀਆਂ ਸਿੱਧੀਆਂ ਜਬਰੀਆਂ ਮਾਰ ਕੇ ਥੋੜ੍ਹਾ ਜਿਹਾ ਮਸ਼ਹੂਰ ਹੋਇਆ, ਤੇ ਬਾਅਦ ਵਿੱਚ ਜਾਂ ਤਾਂ ਉਹਨੂੰ ਕੋਈ ਨਾ ਕੋਈ ਫਿਲਮ ਮਿਲ ਗਈ ਪੰਜਾਬੀ ਦੀ, ਜਾਂ ਕੋਈ ਨਾ ਕੋਈ ਗਾਣੇ 'ਚ ਮਾਡਲ ਮਿਲ ਗਈ, ਫਿਲਮ ਮਿਲ ਗਈ, ਮਸ਼ਹੂਰੀ ਮਿਲ ਗਈ, ਇਹ ਕਾਫੀ ਲੋਕਾਂ ਨਾਲ ਹੋਇਆ, ਪਰ ਪੈਸੇ ਨਹੀਂ ਮਿਲੇ ਕਿਸੇ ਨੂੰ। ਔਰ ਇਹਨੇ ਵੀ ਭਾਈ ਸਾਹਿਬ ਨੇ 60,000 ਰੁਪਇਆ ਕਹਿੰਦਾ 10% ਵਿਆਜ 'ਤੇ ਲੈ ਕੇ ਲਾਇਆ, ਅਤੇ ਇਹਨੂੰ ਪਤੰਦਰ ਨੂੰ ਪੁੱਛੇ ਵੀ ਤੂੰ ਇਹ ਜਿੱਤੀ ਬੈਠਾ ਸੀ ਵੀ ਜਿੱਤ ਗਿਆ, ਅਤੇ ਮੈਂ ਫਟਾਫਟ ਲੋਕਾਂ ਕੋਲ ਇਕੱਠੇ ਕਰਕੇ ਮੁੜ ਕੇ ਦੇ ਦਿੰਦੇ ਹਾਂ। ਕਈ ਵਾਰੀ ਭਾਅ ਜੀ ਆਪਾਂ ਨੂੰ ਲੱਗਦਾ ਹੁੰਦਾ, ਖੈਰ ਇਹ ਬੰਦੇ ਸਮਾਰਟ ਹੁੰਦੇ ਆ, ਇਹ ਇੱਕ ਇਨਵੈਸਟਮੈਂਟ ਹੀ ਹੁੰਦੀ ਆ, ਡਰਾਮਾ ਜਿਹਾ ਕਰਕੇ ਨਾ, ਅੱਛਾ ਇੱਧਰ ਉੱਧਰ ਲਾ ਦੇਣੇ ਥੋੜੇ ਬਾਅਦ, ਤੇ ਉਹਨੇ ਕੋ ਇੱਧਰ ਉੱਧਰ ਕਰ ਜਾਂਦੇ, ਪੂਰੇ ਵੱਧ ਹੀ ਕਮਾ ਜਾਂਦੇ ਆ।
ਆਹੋ ਨਹੀਂ ਦੂਜੀ ਤੀਜੀ ਵੇਰ ਤਾਂ ਫਿਰ ਹੋ ਹੀ ਜਾਂਦਾ। ਮੈਂ ਵੀ ਕਹਿੰਦਾ, ਮੈਂ ਵੀ ਸੋਚਦਾ ਮੈਂ ਲਾਇਆ ਕਰੀਏ ਵੋਟਾਂ 4 ਦਿਨ ਉੱਥੇ ਨਾ। ਔਰ ਇਹ ਇਹਦੇ 'ਚ ਦਵਿੰਦਰ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ, ਸਾਡੇ ਦਰਸ਼ਕ ਵੀ ਬੜੀ ਭਾਅ ਜਾਣਦੇ ਹੋਣਗੇ ਵੀ ਜਦੋਂ ਬੰਦਾ ਮਾੜਾ ਜਿਹਾ ਸੂਤ ਹੋ ਜਾਂਦਾ ਪੈਰਾਂ ਸਿਰ, ਉਦੋਂ ਮੁੜ ਹਾਂਜੀ ਕੇ ਇੰਨੀਆਂ ਕੁ ਆਫਰਾਂ ਆਉਂਦੀਆਂ ਨੇ। ਸਾਡੇ ਇੱਕ ਬੰਦਾ ਖਾਸ ਖੜਾ ਸੀ ਬਠਿੰਡੇ ਤੋਂ, ਹਾਰ ਗਿਆ ਸੀ ਬਹੁਤ ਵੱਡੇ ਪੱਧਰ 'ਤੇ, ਅਤੇ 2.25 ਕਰੋੜ ਕਹਿੰਦਾ ਮੈਨੂੰ ਫਿਰ ਵੀ ਇਕੱਠਾ ਹੋ ਗਿਆ। ਇਹੀ ਆ ਨਾ, ਇਹ ਇਨਵੈਸਟਮੈਂਟ ਹੀ ਆ ਭਾਅ ਜੀ। ਇੱਧਰੋਂ ਉੱਧਰੋਂ ਮੁੜ ਕੇ ਮੈਂ ਉਹੀ ਤੁਹਾਨੂੰ ਗੱਲ ਦੱਸ ਰਿਹਾ, ਨੀਟੂ ਹੋਣੀ ਵੀ ਜਿਹੜੇ ਆ ਜਿੰਨਾ ਉਹ ਲੱਗ ਰਿਹਾ ਨਾ ਆਪਾਂ ਨੂੰ ਸ਼ੁਕਲ ਮੇਲਾ ਜਿਹਾ, ਹਾਂ ਉਹ ਓਡਾ ਹੈ ਨਹੀਂ ਨਾ ਕੋਈ ਵੀ ਬੰਦੇ ਜਿਹੜੇ ਇੱਦਾਂ ਦੇ ਬਣਾਇਆ ਹੋਇਆ ਫਿਰ ਵਿੱਚ ਕੁਛ ਨਾ ਕੁਛ, ਕਿਉਂਕਿ ਜੇ ਤੁਸੀਂ ਕੁਛ ਕਰੋਗੇ ਨਾ ਕੁਛ ਵੀ ਕਰਦੇ ਆ ਤੇ ਉਹ ਤੁਹਾਡੇ ਨਾਲ ਜੋ ਕੁ ਚੰਗਾ ਕਰ ਲਓ ਜਾਂ ਮਾੜਾ ਕਰ ਲਓ ਤੁਹਾਡੇ ਨਾਲ ਕੁਛ ਲੋਕ ਜਿਹੜੇ ਉਹ ਜੁੜ ਜਾਂਦੇ ਆ, ਤੇ ਤੁਸੀਂ ਉਸ ਚੀਜ਼ ਦੇ ਨਾਂ ਦੇ ਉੱਪਰ ਅਗਰਾਹੀ ਕਰਨ ਜੋਗੇ ਬਣ ਜਾਂਦੇ ਉਹਨਾਂ ਕੋਲ। ਅੱਛਾ, ਇੱਕ ਜਿਹੜੀ ਹਰਿਆਣੇ ਦੀ ਰਾਸ਼ੀਫਲ ਮੈਂ ਪੜ੍ਹ ਰਿਹਾ ਸੀ ਅੱਜ ਵੀ, ਜਿਹੜੇ ਆਜ਼ਾਦ ਉਮੀਦਵਾਰ ਜਿੱਤੇ ਆ ਉਹਨਾਂ ਦੀ ਕਿਸਮਤ ਦੇ ਵਿੱਚ ਧਨ ਪ੍ਰਾਪਤੀ ਲਿਖੀ ਵੱਡੇ ਪੱਧਰ ਦੇ। ਉਹ ਤਾਂ ਹੋਏਗੀ, ਡੈਫੀਨੇਟਲੀ ਹੋਏਗੀ, ਉਹ ਤਾਂ ਰਾਸ਼ੀ ਕੋਈ ਝੂਠ ਨਹੀਂ ਹੈ, ਬਿਲਕੁਲ ਉਹ ਤਾਂ ਬਿਲਕੁਲ ਮੈਂ ਐਗਰੀ ਹਾਂ, ਰਾਸ਼ੀ ਬਿਲਕੁਲ ਸਹੀ ਆ। ਹਾਂ, ਉਹਨਾਂ ਵਾਸਤੇ ਧਨ ਤਰੇਸ ਬਹਿਜਾ ਬਹਿਜਾ ਕਰ ਜੂ ਹੁਣ। ਹਾਂਜੀ, ਧਨ ਤਰੇਸ ਦਾ ਤਿਉਹਾਰ ਵੀ ਹੈਗਾ ਨਾ, ਧਨ ਤਰੇਸ ਦਾ ਤਿਉਹਾਰ ਹੁੰਦਾ ਦੀਵਾਲੀ ਦੇ ਨੇੜੇ। ਜੀ ਜੀ, ਲਕਸ਼ਮੀ ਪੂਜਾ। ਤੇ ਹਾਂਜੀ, ਆਪਾਂ ਕਵਿਤਾ ਵਾਲੇ ਪਾਸੇ ਚਲੀਏ, 8 ਵਜੇ ਚਲੇ ਇੱਥੇ। ਹਾਂਜੀ ਹਾਂ, ਉਹ ਵੀ ਕਵਿਤਾ ਵੀ ਇਹੀ ਆ ਜਿੱਦਾਂ ਰਾਜਨੀਤੀ ਰਲਿਆ ਮਿਲਿਆ ਹੀ ਆ ਵੀ ਉਹ ਜਦੋਂ ਬੰਦਾ ਬਣ ਜਾਂਦਾ ਤਾਂ ਉਹਨੂੰ ਫਾਇਦਾ ਕੀ ਹੁੰਦਾ, ਜਦੋਂ ਉਹਨੂੰ ਬਣਨਾ ਹੁੰਦਾ ਉਹਨੇ ਕੀ ਕਰਨਾ ਹੁੰਦਾ, ਤੇ ਫਿਰ ਰਲਿਆ ਮਿਲਿਆ ਹੀ ਆ ਵਿੱਚ ਕਿੱਦਾਂ ਦੇ ਬਣਨ ਤੋਂ ਬਾਅਦ ਕਿੱਦਾਂ ਦੇ ਵਾਧੇ ਲਾੜੇ ਲਾਉਣੇ ਆ, ਤੇ ਜਦੋਂ ਹਾਰ ਜਾਣਾ ਜਦੋਂ ਪਤਾ ਹੁੰਦਾ 5 ਸਾਲਾਂ ਬਾਅਦ ਹਾਰ ਜਾਣਾ, ਫਿਰ ਅਗਲੇ 5 ਸਾਲ ਕਿੱਦਾਂ ਲੋਕਾਂ 'ਚ ਬਣੇ ਰਹਿਣਾ ਮਸ਼ਹੂਰ ਕਰਨਾ, ਉਹ ਸਾਰਾ ਰਲਿਆ ਮਿਲਿਆ ਆ ਜੀ ਚਿੱਤਰਹਾਰ ਬੰਦਾ ਚਿੱਤਰਹਾਰ, ਤੇ ਉਹ ਬੰਦਾ ਨੇ ਦੱਸਦਾ ਕਿਸੇ ਨੂੰ ਸਲਾਹ ਦਿੰਦਾ ਭਾਈ ਜੇ ਤੂੰ ਲੈਣੇ ਆ ਫੁੱਲ ਨਜ਼ਾਰੇ ਤਾਂ ਬਣ ਜਾ ਮਿੱਤਰਾ ਨੇਤਾ, ਘਰ ਘਰ ਨੌਕਰੀ ਦਾ ਕਰਕੇ ਵਧਾ ਤੇ ਫੇਰ ਭਲਾ ਦੇ ਚੇਤਾ, ਕਹਿੰਦਾ ਆਪਣੇ ਰਿਸ਼ਤੇਦਾਰਾਂ ਨੂੰ ਦੇਵੀ ਹਰ ਕੰਮ ਦਾ ਠੇਕਾ, ਫਿਰ ਤੇਰੀ ਸਾਰੀ ਬਜਰੀ ਹੋਊਗੀ ਤੇ ਤੇਰੀ ਹੋਊ ਸਾਰੀ ਰੇਤਾ ਰੇਤਾ। ਕਹਿੰਦਾ ਮੰਤਰੀ ਬਣਦੇ ਸਾਰ ਮਿਲੂਗੀ ਚਮ ਚਮਾਉਂਦੀ ਕਾਰ, ਤੇਲ ਪਾਣੀ ਦਾ ਖਰਚਾ ਸਾਰਾ ਆਪ ਦਊ ਸਰਕਾਰ, ਕਹਿੰਦਾ ਤੇਰੇ ਚਾਰ ਚਫੇਰੇ ਗਨਮੈਨ ਤੇ ਉੱਤੇ ਹੋਊਗੀ ਬੱਤੀ ਲਾਲ, ਮੀਡੀਆ ਵਾਲੇ ਵੀ ਡਰਦੇ ਮਰੇ ਚੱਲਣਗੇ ਤੇਰੇ ਨਾਲ, ਕਹਿੰਦਾ 1 ਮਹੀਨੇ ਵਿੱਚ ਕਹਿ ਦਵੀ ਤੂੰ ਬਈ ਮੈਂ ਮੁੱਕਾ ਦੂੰ ਸਾਰਾ ਹੀ ਚਿੱਟਾ, ਤੇ ਕਹਿੰਦਾ ਗਾਂਹ ਤੋਂ ਮੈਨੂੰ ਵੋਟ ਨਾ ਪਾਇਓ ਜੇ ਮੈਂ ਇਹ ਕੰਮ ਨਾ ਕੀਤਾ, ਤੇ ਕਹਿੰਦਾ ਕਦੇ ਵੀ ਹਰ ਮੁੰਡੇ ਕੁੜੀ ਦੇ ਹੱਥ 'ਚ ਦਵਾਂਗੇ ਸਮਾਰਟ ਫੋਨ, ਹਰ ਬੰਦੇ ਦਾ 6 ਮਹੀਨੇ ਵਿੱਚ ਮਾਫ਼ ਕਰਾਂਗੇ ਲੋਨ, ਤੇ ਕਹਿੰਦਾ ਨਾਲ ਨਾਲ ਤੂੰ ਯਾਦ ਕਰ ਲਵੀ ਉਰਦੂ ਵਾਲੇ ਸ਼ੇਰ, ਜਦੋਂ ਲੋਕਾਂ ਨੇ ਘੇਰ ਕੇ ਸਵਾਲ ਪੁੱਛੇ ਤੇ ਕੰਮ ਆਉਣਗੇ ਫੇਰ, ਕਹਿੰਦਾ ਵੀ ਕੰਮ ਕੋਈ ਵੀ ਕਰਨਾ ਨੀ ਬਸ ਹਰ ਕੰਮ 'ਚ ਵਿਰੋਧੀਆਂ ਦਾ ਹੀ ਕੱਢੀ ਜਾਣਾ ਕਸੂਰ, ਜਿੱਤਣ ਤੋਂ ਬਾਅਦ ਕਹਿੰਦਾ ਕੰਮ ਕੋਈ ਵੀ ਕਰਨਾ ਨੀ ਬਸ ਵਿਰੋਧੀਆਂ ਦਾ ਕੱਢੀ ਜਾਣਾ ਕਪੂਰ, ਲੋਕਾਂ ਨੂੰ ਤੂੰ ਹੱਥ ਜੋੜਨ ਲਈ ਕਰ ਦਵੀ ਮਜਬੂਰ, ਤੇ ਜਿਹੜੀਆਂ ਕਰੰਟ ਵਾਲੀ ਪਾਰਟੀ ਦੇ ਵਾਂਗੂ ਕਹਿੰਦਾ ਛੱਡੀ ਜਾਵੀ ਲੰਬੀਆਂ ਲੰਬੀਆਂ ਗੱਪਾਂ, ਕਹਿੰਦਾ ਕਦੀ ਮੰਗਲ ਤੇ ਰੈਲੀ ਤੇ ਕਦੀ ਨਹਿਰਾਂ ਤੇ ਬੱਸਾਂ, ਕਹਿੰਦਾ ਧਰਮ ਦੇ ਨਾਂ ਤੇ ਲੋਕਾਂ ਨੂੰ ਤੂੰ ਰੱਖੀ ਬਸ ਉਲਝਾ ਕੇ, ਤੇ ਜੇ ਕੋਈ ਕਰੇ ਵਿਰੋਧ ਉਹਨੂੰ ਕੁੱਟੀ ਲੰਮਾ ਪਾ ਕੇ, ਕਹਿੰਦਾ ਆਪਣੀ ਮਰਜ਼ੀ ਦੇ ਅਫਸਰ ਲਾਵੀ ਤੇ ਆਪਣੀ ਮਰਜ਼ੀ ਦੇ ਲਾਵੀ ਜੱਜ, ਫੇਰ ਦੇਖਾਂਗੇ ਕਿਵੇਂ ਕਿਸੇ ਦੀ ਸੁਣਦਾ ਆ ਗਏ ਰੱਬ, ਇੱਕ ਗੱਲ ਤੂੰ ਹੋਰ ਸੁਣ ਲੈ ਗੱਲ ਆ ਬੜੀ ਜ਼ਰੂਰੀ, ਤੇ ਕਹਿੰਦਾ 5 ਸਾਲਾਂ ਬਾਅਦ ਵੀ ਜੇ ਤੂੰ ਕਰਾਉਣੀ ਆਪਣੀ ਮਸ਼ਹੂਰੀ ਹਾਰਨ ਤੋਂ ਬਾਅਦ, ਇੱਕ ਗੱਲ ਤੂੰ ਹੋਰ ਸੁਣ ਲੈ ਗੱਲ ਆ ਬੜੀ ਜ਼ਰੂਰੀ, 5 ਸਾਲਾਂ ਬਾਅਦ ਵੀ ਜੇ ਤੂੰ ਕਰਾਉਣੀ ਆ ਆਪਣੀ ਮਸ਼ਹੂਰੀ, ਤੇ ਕਹਿੰਦਾ ਜਾਣ ਤੋਂ ਪਹਿਲਾਂ ਪਹਿਲਾਂ ਬਣਾ ਦੇਈਂ ਇੱਕ ਤੂੰ ਨੀਲੀ ਮੂਵੀ, ਤੇ ਮੂਵੀ ਦੇ ਵਿੱਚ ਢਰਨੀ ਮੇਰਾ ਬਾਅਦ ਚ ਮੁੱਕਰ ਜਾਵੀ ਤੂੰ ਵੀ, ਕਹਿੰਦਾ ਜਦੋਂ ਤੇਰੇ ਸਿਰ ਤੇ ਸਜ ਗਿਆ ਰਾਜਿਆਂ ਵਾਲਾ ਤਾਜ, ਫਿਰ ਨਾਲੇ ਝੂਟੀ ਹੈਲੀਕਾਪਟਰ ਤੇ ਨਾਲੇ ਝੂਟੀ ਜਹਾਜ਼, ਹਰ ਜ਼ਿਲ੍ਹੇ ਦੇ ਵਿੱਚ ਪਾਲ ਲਈ ਸਾਨਾਂ ਵਰਗੇ ਸਾਧ, ਕਹਿੰਦਾ ਨਾਲੇ ਤੇਰੀਆਂ ਵੋਟਾਂ ਪੱਕੀਆਂ ਤੇ ਨਾਲੇ ਦੰਗੇ ਪਸਾਦ, ਕਹਿੰਦਾ ਸਮੇਂ ਮੁਤਾਬਕ ਤੂੰ ਨੀਲਾ ਬਣ ਜੇ ਤੇ ਸਮੇਂ ਮੁਤਾਬਕ ਬਣ ਜਵੀ ਚਿੱਟਾ, ਕਹਿੰਦਾ ਜ਼ਹਿਰ ਰੱਖੀ ਤੂੰ ਸੱਪ ਵਰਗਾ ਪਰ ਬਾਹਰੋਂ ਬੋਲੀ ਮਿੱਠਾ, ਯਾਰ ਰੱਖੀ ਤੂੰ ਸੱਪ ਵਰਗਾ ਤੇ ਬਾਹਰੋਂ ਬੋਲੀ ਮਿੱਠਾ, ਜੇ ਕੋਈ ਪੰਗਾ ਵੱਡਾ ਪੈ ਜਾਵੇ ਤੇ ਗੱਲ ਪਹੁੰਚ ਜਾਏ ਤਾਂ ਆ ਮੈਨੂੰ ਤੇ ਕਾਕਾ ਜੀ ਪਤਾ ਨੀ, ਏਦਾਂ ਕਹਿ ਕੇ ਤੁਰ ਪਵੀ ਗਾ, ਕਹਿੰਦਾ ਸਮਾਂ ਬੀਤਣ ਦੇ ਨਾਲ ਨਾਲ ਸਭ ਲੋਕੀ ਜਾਂਦੇ ਭੁੱਲ, ਨਵੇਂ ਵਾਅਦਿਆਂ ਲਾਰਿਆਂ ਉੱਤੇ ਫੇਰ ਜਾਂਦੇ ਉਹ ਡੁੱਲ, ਵੀ ਜੇ ਕਿਸੇ ਦੀ ਫੀਲਿੰਗ ਹਰਟ ਹੋਈ ਤਾਂ ਉਹ ਤੋਂ ਮੰਗਦਾ ਮਾਫ਼ੀ, ਹੋਟੀ ਦੀ ਇੱਥੇ ਕਵਿਤਾ ਮੁੱਕ ਗਈ ਅੱਜ ਲਈ, ਇੰਨਾ ਕਾਫ਼ੀ ਅੱਜ ਲਈ, ਬਹੁਤ ਵਧੀਆ ਹੋਠੀ ਸਾਹਿਬ, ਬੜਾ ਵਧੀਆ ਵਿਅੰਗ ਤੁਸੀਂ ਲਿਖਦੇ ਹੋ। ਇੱਕ ਮੈਂ ਵੈਸੇ ਜਾਣਕਾਰੀ ਵਾਸਤੇ ਆਪਦੀ ਵਾਸਤੇ ਪੁੱਛਣਾ ਚਾਹੁੰਦਾ ਜੀ, ਤੁਹਾਡਾ ਜਿਹੜਾ ਬੱਲਾ ਪਿੰਡ ਆ ਕਿਹੜੇ ਕੰਸਟੀਟਿਊਸ਼ਨ ਚ ਪੈਂਦਾ? ਮੈਨੂੰ ਜੇ ਛੱਡੇ ਨੂੰ ਜਿਹੜਾ ਜੀ ਉਹ ਹੋ ਗਿਆ ਫਗਵਾੜੇ ਚ ਪੈਂਦਾ, ਇਹਨੂੰ ਕਹਿੰਦੇ ਹਾਂਜੀ ਫਗਵਾੜੇ ਚ ਪੈਂਦਾ ਮੈਨੂੰ ਲੱਗਦਾ। ਦੇਖ ਮੈਨੂੰ ਇੰਡੀਆ ਛੱਡੇ ਨੂੰ ਹੋ ਗਿਆ 1992 ਤੋਂ, ਨਹੀਂ ਜਾਣਕਾਰੀ ਤਾਂ ਚਾਹੀਦੀ ਆ,
ਕੋਠੀ ਸਾਹਿਬ ਜਾਣਕਾਰੀ ਤਾਂ ਸਾਰੀ ਚਾਹੀਦੀ ਹੈ ਨਾ। ਮਸੀ ਦੇ ਖੜਾ ਛਡਾ ਗਿਆ, ਭਾਵੇਂ ਮੈਨੂੰ ਪਤਾ ਵੀ ਹੋਵੇ ਪਰ ਮੈਂ ਗੱਲ ਕਰਨੀ ਨਹੀਂ ਚਾਹੁੰਦਾ ਜਾਣ ਕੇ। ਨਹੀਂ ਤਾਂ ਮੈਂ 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 ਭਲਾ ਗੱਲ ਮਸੀ ਕਿਉਂ ਦੇ ਖੜਾ ਕੀਤੀ ਹੈ? ਛਡਾ ਗਿਆ ਹੈ ਉੱਥੋਂ। ਨਹੀਂ ਮੈਂ ਗੱਲ ਭਲਾ ਕਿਉਂ ਕੀਤੀ ਪਤਾ? ਨਹੀਂ ਮੈਨੂੰ ਤੁਹਾਡੇ ਪਿੰਡ ਕੈਪਟਨ ਸਾਹਿਬ ਜਾ ਕੇ ਆਏ ਨੇ ਨਾ ਇਲੈਕਸ਼ਨ ਤੋਂ ਪਹਿਲਾਂ, 45 ਮਿੰਟ ਰੁਕੇ ਨੇ ਉੱਥੇ। ਉਹ ਡੇਰੇ ਚ ਗਏ ਹੋਣੇ ਬਸ 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 ਬਸ, ਫਿਰ ਮੈਂ ਹਿਸਾਬ ਲਾਇਆ ਵੀ ਵਾਕਈ ਫਿਰ ਉਹ ਫੁਆੜੇ 'ਚ ਪੈਂਦਾ ਹੋਊਗਾ। ਦੇਖੋ ਉੱਥੇ ਸਾਰੇ ਸਾਰੇ ਜਾਂਦੇ ਆ, ਸਾਰਿਆਂ ਨੂੰ ਜਾਣਾ ਜਾਂਦੇ ਨਹੀਂ, ਜਾਣਾ ਜਾਣਾ ਪੈਂਦਾ ਹੈ, ਜਾਣਾ ਪੈਂਦਾ ਹੈ ਪੈਂਦਾ। ਕੀ ਭਾਵ ਜਾਣਾ ਕਿਉਂ? ਭਾਵ ਸਿੱਧਾ ਜਿਹਾ ਜੀ, ਜਿੱਦਾਂ ਇਹ ਕਵਿਤਾ ਦੇ ਵਿੱਚ ਵੀ ਆਪਾਂ ਕੀਤਾ ਵੀ ਹਰ ਜ਼ਿਲ੍ਹੇ ਦੇ ਵਿੱਚ ਪਾਲ ਲਈ, ਤੇ ਬਾਅਦ ਵਿੱਚ ਫਿਰ ਪਤਾ ਹੀ ਹੈ ਨਾਲੇ ਬੂਟਾਂ ਪੱਕੀਆਂ ਤੇ ਨਾਲੇ ਜੇ ਲੋੜ ਪਈ ਤਾਂ ਦੰਗੇ ਫਸਾਦ ਵੀ, ਜਿੱਦਾਂ ਜਿੱਦਾਂ ਤੋਂ ਮਰਜ਼ੀ ਮੁੜ ਮੂੜ ਲਓ, ਜਦੋਂ ਤੁਸੀਂ ਬੰਦਾ ਫਿੱਟ ਕਰ ਲਿਆ ਉੱਥੇ ਆਪਣੀ ਮਰਜ਼ੀ ਦਾ ਜੋ ਮਰਜ਼ੀ ਕਰੇ। ਚਲੋ 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 ਜੀ ਚਲੋ, ਰੱਬ ਰਾਖਾ, ਪਰਮਾਤਮਾ ਭਲੀ ਕਰੇ, ਸਭ ਨੂੰ ਸਮਤ ਬਖਸ਼ੇ ਪੰਜਾਬੀਆਂ ਨੂੰ। ਸਭ ਦਾ ਭਲਾ ਗਿਆ, ਮਿਹਰਬਾਨੀ, ਬਹੁਤ ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ ਜੀ। ਚਲੋ ਜੀ, ਇਹ ਦਵਿੰਦਰ ਹੋਠੀ ਸਾਹਿਬ ਦੇ ਨਾਲ ਗੱਲਬਾਤ ਕੀਤੀ ਹੈ। ਕਵਿਤਾ ਕਈ ਵਾਰੀ ਜ਼ਿਆਦਾ ਤਿੱਖੀ ਹੁੰਦੀ ਇਹਨਾਂ ਦੀ, ਕਈ ਵਾਰੀ ਠੀਕ ਠੀਕ ਹੁੰਦੀ ਹੈ, ਪਰ ਜੇ ਕਹਿੰਦੇ ਵੀ ਕਈਆਂ ਨੂੰ ਜਿੰਨੀ ਦੇਰ ਸਬਜ਼ੀ ਦੇ ਵਿੱਚ ਮਿਰਚ ਤਿੱਖੀ ਨਾ ਹੋਵੇ ਤਾਂ ਮਜ਼ਾ ਨਹੀਂ ਆਉਂਦਾ ਉਨੀ ਦੇਰ। ਅਤੇ ਸਾਡੇ ਪੰਜਾਬੀ ਵੀ ਜਿਹੜੇ ਨੇ, ਜਿੱਦਣ ਅਸੀਂ ਵਿਸ਼ਾ ਕੋਈ ਤਿੱਖਾ ਜਿਹਾ ਰੱਖਿਆ ਹੋਵੇ, ਚਾਹੇ ਮੁੱਦੇ ਦੀ ਗੱਲ ਕਰ ਲਈਏ ਚਾਹੇ ਅਸੀਂ ਹੋਰ ਕਰ ਲਈਏ, ਤਾਂ ਉੱਦਣ ਤਾਂ ਫਿਰ ਵਾਹਵਾ, ਕਈ ਤਾਂ ਚਲੋ ਰੋਜ਼ ਪ੍ਰੋਗਰਾਮ ਦੇਖਦੇ ਨੇ, ਰੋਜ਼ ਕਾਲ ਵੀ ਕਰਦੇ ਨੇ, ਅਤੇ ਕਈ ਫਿਰ ਉੱਦਣ ਸਪੈਸ਼ਲ ਵੀ ਅਲਾ ਵੀ ਅੱਜ ਨਜ਼ਾਰਾ ਆਇਆ, ਆਹ ਬਣੀ ਹੈ ਗੱਲ, ਆਹ ਠੋਕੀ ਮੰਜੀ ਚੰਗੀ ਤਰ੍ਹਾਂ। ਖੈਰ ਉਹ ਮੰਜੀ ਠੋਕਣ ਦੀ ਗੱਲ ਨਹੀਂ ਹੁੰਦੀ, ਮੁੱਖ ਦੀ ਗੱਲ ਤਾਂ ਇਹ ਕਿ ਜਿਹੜਾ ਵੀ ਅਸੀਂ ਪ੍ਰੋਗਰਾਮ ਕਰਦੇ, ਖਾਸ ਤੌਰ 'ਤੇ ਮੈਂ ਆਪਣੀ ਜੇ ਗੱਲ ਕਰਾਂ ਤਾਂ ਇਹੀ ਕੋਸ਼ਿਸ਼ ਹੁੰਦੀ ਹੈ ਵੀ ਪ੍ਰੋਗਰਾਮ ਦਾ 1 ਘੰਟਾ ਜਿਹੜਾ ਹੈਗਾ ਉਹਦੇ 'ਚ ਅਸੀਂ ਚਲੋ ਗੱਲਬਾਤ ਵਧੀਆ ਕਰੀਏ, ਕੁਛ ਨਾ ਕੁਛ ਤੁਹਾਡੇ ਕੋਲੋਂ ਸਿੱਖਣ ਨੂੰ ਮਿਲੇ, ਕੁਛ ਨਾ ਕੁਛ ਗੱਲਾਂ 'ਚੋਂ ਗੱਲ ਨਿਕਲੇ, ਜਾਂ ਫਿਰ ਕੋਈ ਨਾ ਕੋਈ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਸਾਡੀ ਪੰਜਾਬ ਦੀ ਜਾਂ ਹੋਰ ਕੋਈ, ਉਹ ਤੁਹਾਡੇ ਨਾਲ ਸਾਂਝੀ ਕਰੀਏ। ਠੀਕ ਹੈ ਜੀ, ਮੰਜੀ ਠੋਕਣ ਵਾਲਾ ਕੰਮ ਜਿਹੜਾ ਉਹ ਨਹੀਂ ਕਰਦੇ, ਉਹ ਤਾਂ ਇੱਕ ਸ਼ਬਦ ਇੱਕ ਐਸਾ ਬਣਾ ਲਿਆ, ਅਦਰਵਾਈਜ਼ ਗੱਲਾਂ ਬਾਤਾਂ ਜਿਹੜੀਆਂ ਹੈਗੀਆਂ ਉਹ ਅਸੀਂ ਪੰਜਾਬ ਦੀਆਂ ਹੀ ਕਰੀਦੀਆਂ, ਪੰਜਾਬੀਆਂ ਦੀਆਂ ਕਰੀਦੀਆਂ। ਜਿਵੇਂ ਤੁਸੀਂ ਪੰਜਾਬ ਦੇ ਪ੍ਰਤੀ ਚਿੰਤਤ ਹੋ, ਪੰਜਾਬ ਪ੍ਰਤੀ ਸੋਚਦੇ ਹੋ, ਪੰਜਾਬੀਆਂ ਪ੍ਰਤੀ ਸੋਚਦੇ ਹੋ ਕਿ ਸਾਡਾ ਸਾਰਾ ਕੁਝ ਸਹੀ ਹੋ ਜਾਏ, ਸਾਡਾ ਉੱਥੇ ਸਿਸਟਮ ਸਹੀ ਹੋ ਜਾਏ, ਘੱਟੋ ਘੱਟ ਜਿਹੜੇ 311 ਬੰਦੇ ਵਾਪਸ ਗਏ ਨੇ ਦਿੱਲੀ ਨੂੰ ਉਹੋ ਜਿਹੇ ਨਾ ਜਾਣ ਜਿਹੜੇ ਰਸਤਿਆਂ ਦੇ ਵਿੱਚ ਮਰਦੇ ਨੇ, ਇੰਨੇ ਜ਼ਿਆਦਾ ਹਾਦਸੇ ਹੁੰਦੇ ਨੇ ਉਹ ਨਾ ਹੋਣ। ਇੰਗਲੈਂਡ ਦੇ ਵਿੱਚ ਬੁਲਗਾਰੀਆ ਤੋਂ ਇੱਕ ਟਰੱਕ ਆਇਆ ਸੀ, 39 ਲਾਸ਼ਾਂ ਮਿਲੀਆਂ ਉਹਦੇ 'ਚੋਂ, ਜਿਹਦੇ 'ਚੋਂ ਇੱਕ ਬੱਚਾ ਆ ਅਤੇ 38 ਹੈਗੇ ਨੇ ਵੱਡੇ। ਅਤੇ ਉਹ ਵੀ ਇੱਦਾਂ ਹੀ ਕੋਈ ਨਾ ਕੋਈ ਹੋਣਾ ਵਿੱਚੋਂ ਨਿਕਲਣੀ, ਜਿਹੜੀ ਗੱਲ ਆ ਕਿਸੇ ਮੁਲਕ ਦੀ ਹੋਵੇ, ਸਾਰੇ ਮੁਲਕਾਂ ਦਾ ਇਹੀ ਹਾਲ ਹੈ। ਫਿਲਹਾਲ ਆਪਾਂ ਜਿਹੜੀ ਹੁਣ ਬ੍ਰੇਕ ਤੋਂ ਬਾਅਦ ਗੱਲਬਾਤ ਕਰਨੀ ਹੈ ਉਹ ਕਰਨੀ ਹੈ ਰਾਜਨੀਤੀ ਬਾਰੇ। 3 ਸੀਟਾਂ ਕਾਂਗਰਸ ਲੈ ਗਈ ਆ, 1 ਅਕਾਲੀ ਦਲ ਲੈ ਗਈ ਹੈ, ਪੰਜਾਬ ਦੀ ਆਪਾਂ ਗੱਲ ਕਰ ਰਹੇ। ਤੁਹਾਡੇ ਇਹਦੇ ਬਾਰੇ ਕੀ ਵਿਚਾਰ ਨੇ, ਕੀ ਆਪਣੇ ਵਿਚਾਰ ਲੱਖਾਂ ਪੰਜਾਬੀਆਂ ਨਾਲ ਸਾਂਝੇ ਕਰਨੇ ਚਾਹੁੰਦੇ ਹੋ? ਬ੍ਰੇਕ ਤੋਂ ਬਾਅਦ ਕਰਾਂਗੇ ਗੱਲਬਾਤ, ਫਿਲਹਾਲ ਦੇਖਦੇ ਰਹੋ ਜਸ ਪੰਜਾਬੀ ਜੀ। ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਇੱਕ ਵਾਰ ਫਿਰ, ਅਤੇ ਤੁਹਾਡੇ ਨਾਲ ਗੱਲਾਂ ਬਾਤਾਂ ਸਿਲਸਿਲਾ ਸ਼ੁਰੂ ਕਰਦੇ ਹਾਂ, ਜਾਣਦੇ ਹਾਂ ਤੁਹਾਡੇ ਵਿਚਾਰ, ਕੀ ਵਿਚਾਰ ਸਾਡੇ ਲੱਖਾਂ ਪੰਜਾਬੀਆਂ ਦੇ ਨਾਲ ਸਾਂਝੇ ਕਰਨੇ ਚਾਹੁੰਦੇ ਹੋ? ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ ਸੁਦਰਸ਼ਨ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਸੋਹਣਾ ਵਿਸ਼ੇ ਹੈ ਜੀ, ਕੀ ਕਹਿਣਾ? ਰਾਜਨੀਤੀ ਹੈ, ਬੜੀ ਕਾਗ ਹੈ, ਪਰ ਮੇਰੇ ਖਿਆਲ 'ਚ ਰਾਜਨੀਤੀ ਵਾਸਤੇ 2 ਪੈਰਾਗ੍ਰਾਫ ਨੇ, ਸੁਣੋ ਧਿਆਨ ਨਾਲ ਜੀ। ਮਾਲਿਕ ਤੇਰੇ ਬੰਦੇ ਹਮ, ਕੀਏ ਐਸੇ ਕਿਆ ਹਮਨੇ ਕਰਮ, ਯੇ ਜੋ ਨੇਤਾ ਦੀਏ ਸਭੀ ਹੈ ਬਹੁ ਰੂਪੀਏ, ਇਨਮੇ ਸੇ ਕੁਛ ਤੋ ਕਰ ਦੇ ਤੂੰ ਕਮ, ਅਥਵਾ ਸਭ ਕੋ ਤੂੰ ਕਰ ਦੇ ਖਤਮ। ਐ ਮਾਲਿਕ ਤੇਰੇ ਬੰਦੇ ਹਮ, ਯੇ ਇਲੈਕਸ਼ਨ ਹੈ ਫਿਰ ਆ ਰਹਾ, ਤੇਰਾ ਵੋਟਰ ਵੀ ਘਬਰਾ ਰਹਾ, ਹੋ ਰਹਾ ਬੇਖਬਰ, ਵੋਟ ਡਾਲੇ ਕਿਧਰ, ਵੋਟ ਦੇ ਦੇ ਕੇ ਪਛਤਾ ਰਹਾ, ਕੋਈ ਜ਼ਿਆਦਾ ਤੋ ਕੋਈ ਹੈ ਕਮ, ਲੂਟ ਚੋਰੀ ਹੈ ਇਨਕਾ ਧਰਮ, ਯੇ ਜੋ ਨੇਤਾ ਦੀਏ ਸਭੀ ਹੈ ਬਹੁ ਰੂਪੀਏ, ਇਨਮੇ ਸੇ ਤੋ ਕੁਛ ਕਰ ਦੇ ਤੂੰ ਕਮ, ਇਨੇ ਕਿਉਂ ਵੇਚ ਦੀ ਆਤਮਾ, ਸਤਿਏ ਕਾ ਕਰ ਦੀਆ ਖਾਤਮਾ, ਕੈਸੇ ਕੈਸੇ ਕਰਮ ਕਰ ਰਹੇ ਬੇਸ਼ਰਮ, ਇਨਕਾ ਕਰ ਤੂੰ ਕੁਛ ਪਰਮਾਤਮਾ,
देश सेवा की करके कसम, कर गए देश को ही हजम, ए मालिक तेरे बंदे हम। बहुत वधिया, ये है राजनीति जी पैरोडी, बहुत चाहे वो पंजाब की हो चाहे वो दिल्ली की हो, पैरोडी बहुत अच्छी फिर हो चाहे अकाली दल हो, इन्हां दी गुडविल ही ऐसी बन गई, इन्हां दी रेपुटेशन ही ऐसी बन गई लीडरां दी, गलत नहीं है, सही है बिल्कुल। वो कहते ना जी, मैं बचाता रहा दीमकों से घर अपना, चंद कुर्सी के कीड़े पूरा मुल्क खा गए, पूरा मुल्क खा गए, ये खा गए सेवा कर कसमा खा के तो सारे देश नु हजम कर गए जी। मेहरबानी, बहुत मेहरबानी थोड़ी, बहुत वधिया जी। हेलो हेलो, हेलो जगतार सिंह बोल रहा है जी। जी मैं जगतार सिंह बोल रहा जी, तुसी कौन बोल रहे? हां जगतार सिंह, मैं दलजीत सिंह सरपंच बोलदा हां, वड्डे घर तों मोगे। वाह जी वाह, सरपंच साहब वड्डा घर, ठीक है ठीक है। असीं मैं गया जी उत्थे, वड्डे घर साडे दोस्त हैगे, उहनां दी रिश्तेदारी उत्थे। किन्ना जी वड्डे घर साडे इत्थों नरिंदर मान होणां दे इत्थे सहुरे ने, इत्थे ਤੇ ਜਗਤਾਰ ਸਿੰਘ ਸਿੱਧੂ ਹੁਣੀ ਉੱਥੋਂ ਹੀ ਨੇ ਮੋਡੈਸਟੋ। ਹਾਂਜੀ ਹਾਂਜੀ, ਤੁਸੀਂ ਕਿਹੜੀ ਜਗ੍ਹਾ ਤੋਂ ਬੋਲਦੇ? ਅਸੀਂ ਇੱਥੇ ਪੋਰਟਲੈਂਡ ਤੋਂ ਬੋਲਦੇ ਜੀ। ਵਾਹ ਜੀ ਵਾਹ, ਚਲੋ ਬਹੁਤ ਸਵਾਗਤ ਹੈ ਜੀ, ਬਹੁਤ ਨਾਮ ਹੀ ਬੜਾ ਖਤਰਨਾਕ, ਵੱਡਾ ਘਰ ਤੇ ਆਪਾਂ ਆਮ ਤੌਰ ਤੇ ਜਗਤਾਰ ਸਿੰਘ ਅਸੀਂ ਤੈਨੂੰ ਬੁਲਾਉਣਾ ਚਾਹੁੰਦੇ ਸੀ ਘਰੇ ਜੀ। ਮੈਂ ਤੁਸੀਂ ਮੇਰਾ ਨੰਬਰ ਜਿਹੜਾ ਸੈੱਲ ਨੰਬਰ ਹੈਗਾ 209-450-33-62, ਤੁਸੀਂ ਲਿਖੋ ਉੱਧਰ, ਅਸੀਂ ਲੱਗ ਆਉਂਦੇ ਜਾਂਦੇ ਰਹੀਦਾ, ਜ਼ਰੂਰ ਦਰਸ਼ਨ ਕਰਾਂਗੇ ਜੀ। ਨਹੀਂ ਮੈਂ ਬੋਲਦਾ ਵੀ ਰਹਿੰਦਾ ਤੇ ਟੀਵੀ ਤੇ ਵੀ ਆਉਂਦਾ ਰਹਿੰਦਾ ਹੈਗਾ ਮੇਰਾ ਨੰਬਰ ਜਿਹੜਾ 209-450-33-62 ਤੇ ਜ਼ਰੂਰ। ਇੱਕ ਮਿੰਟ ਜਗਤਾਰ ਸਿੰਘ, ਹਾਂਜੀ ਹਾਂਜੀ, ਇੰਨਾ ਮਨ ਖੁਸ਼ ਹੁੰਦਾ ਤੁਸੀਂ ਇੰਡੀਆ ਦੇ ਵੀ ਦੱਸਦੇ ਸਾਰੀ ਗੱਲਬਾਤ ਵੀ ਜੋ ਵੀ ਹਨਾ। ਵਾਹ ਜੀ ਵਾਹ, ਪਿਆਰ ਹੈ ਜੀ ਤੁਹਾਡਾ ਪਿਆਰ, ਤੁਸੀਂ ਨੰਬਰ ਲਿਖੋ, ਸੈੱਲ ਨੰਬਰ ਹੈ ਮੇਰਾ ਇਹ 209-450-33-62। ਜਦੋਂ ਮਰਜ਼ੀ ਕਾਲ ਕਰ ਲਿਆ ਕਰੋ ਜੀ, ਕਾਲ ਕਰਨ ਵਾਸਤੇ ਤੁਹਾਡਾ ਬਹੁਤ ਧੰਨਵਾਦ ਜੀ। ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੱਗੀ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ ਮਨਜੀਤ ਸਿੰਘ ਜੀ। ਨੇਤਾ ਦਾ ਅੱਜ ਚੇਤਾ ਆ ਗਿਆ, ਮੈਂ ਕਿਹਾ ਜਦੋਂ ਤੁਸੀਂ ਪਹਿਲਾਂ ਭਗਵੰਤ ਮਾਨ ਨੇਤਾ ਬਣਦਾ ਹੁੰਦਾ ਜੀ, ਮੂਵੀ ਮੂਵੀਆਂ ਬਣਾਉਂਦੇ ਹੁੰਦੇ ਸੀਗੇ। ਅੱਛਾ, ਉਦੋਂ ਕਦੇ ਨੀ ਸੋਚਿਆ ਸੀ ਭਗਵੰਤ ਮਾਨ ਨੇ, ਉਦੋਂ ਕਦੇ ਨੀ ਸੋਚਿਆ ਸੀ ਵੀ ਇੱਕ ਵਾਰ ਇੱਕ ਦਵੇਰੀ ਇੱਕ ਦਿਨ ਸੱਚੀ ਮੁੱਚੀ ਨੇਤਾ ਬਣ ਜਾਊਗਾ, ਸੱਚੀ ਮੁੱਚੀ ਨੇਤਾ ਬਣ ਗਿਆ। ਮੈਂ ਕਿਹਾ ਉਹ ਕੰਮ ਹੁਣ ਚੱਲ ਰਿਹਾ, ਉਦਾਂ ਦੇ ਕੰਮ ਚੱਲ ਰਹੇ ਆ, ਜੋ ਰੀਅਲੀ ਮੂਵੀਆਂ 'ਚ ਹੁੰਦਾ ਸੀਗਾ ਉਹ ਕੰਮ ਹੁਣ ਚੱਲ ਰਿਹਾ। ਬਿਲਕੁਲ ਬਿਲਕੁਲ, ਕੋਈ ਕੋਈ ਸ਼ੱਕ ਨਹੀਂ। ਅੱਛਾ, ਪੰਜਾਬ ਦੀ ਰਾਜਨੀਤੀ ਬਾਰੇ ਕੀ ਕਹਿਣਾ ਚਾਹੁੰਦੇ ਆ, ਚਾਰ ਸੀਟਾਂ ਬਾਰੇ ਕੋਈ ਵਿਚਾਰ ਤੁਹਾਡੇ? ਰਾਜਨੀਤੀ ਤਾਂ ਨਾ ਇਹ ਸਾਰੀ ਸਲਾਹ ਨਾ ਹੁੰਦੀ, ਜਿਹੜੀ ਨਾ ਪਿਛਲੀ ਵਾਰ ਵੀ ਸਲਾਹ ਆਮ ਆਦਮੀ ਪਾਰਟੀ ਨੇ ਜਿੱਤਣੀ ਸੀ। ਜੀ 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 ਜੀ, ਬਿਲਕੁਲ। ਉਹ ਚੱਕਰ ਕੀ ਹੋਇਆ, ਜਦੋਂ ਬਾਦਲ ਨੂੰ ਪਤਾ ਲੱਗਾ ਵੀ ਹੁਣ ਅਸੀਂ ਲੱਗੇ ਡੁੱਬਣ, ਤੇ ਉਹਨੇ ਚੱਕ ਕੇ ਰਾਤ ਨੂੰ 2-3 ਵਜੇ ਦੇ ਕਰੀਬ ਇਹਨੇ ਮੀਟਿੰਗ ਕੀਤੀ ਆ ਏਰੀਆ। ਹਾਂਜੀ, ਇਹਨੇ ਚੱਕ ਕੇ ਫਿਰ ਸੋਚਿਆ ਵੀ ਹੁਣ ਤਾਂ ਕੰਮ ਖਰਾਬ ਹੋ ਜਾਂਦਾ, ਇਹਦੀ ਸਾਰੀਆਂ ਸੂਟਾਂ ਚੱਕ ਕੇ ਉੱਧਰ ਪਵਾ ਤੀਆਂ, ਇਸ ਕਰਕੇ ਆਮ ਆਦਮੀ ਪਾਰਟੀ ਉਦੋਂ ਹਾਰ ਗਿਆ। ਨਹੀਂ ਹੁਣ ਵੀ ਤੇ ਹੋ ਸਕਦਾ ਨਾ ਵੀ ਮੇਰੀ ਸ਼ਾਖ ਬਚੀ ਰਹੂ, ਕੈਪਟਨ ਸਾਹਿਬ ਨੇ ਕਿਹਾ ਹੁਣ 3 ਸੀਟਾਂ ਮਿੰਦੇ ਦੇ, ਇੱਕ ਤੂੰ ਲੈ ਲਾ ਤੇ ਆਉਣ ਵਾਲੀਆਂ ਫਿਰ 22 ਫਿਰ ਤੈਨੂੰ ਸਾਰਾ ਕੁਛ ਦਿੰਦੇ ਦਾਂਗੇ, ਇਹ ਵੀ ਹੋ ਸਕਦਾ, ਕੋਈ ਵੱਡੀ ਗੱਲ ਨਹੀਂ। ਹਾਂਜੀ, ਰਾਜਨੀਤੀ ਭਾਈਵਾਲ ਆਪਸ ਚ ਰਿਸ਼ਤੇਵਾਰ ਵੀ ਭਾਈਵਾਲ ਆ, ਇਹ ਬੜੀ ਸਲਾਹ ਦਾ ਕੰਮ ਕਰਦੇ ਆ, ਇਸ ਕਰਕੇ ਤੀਜੇ ਬੰਦੇ ਨੂੰ ਨੇੜੇ ਲੱਗਣੇ ਨਹੀਂ ਦਿੰਦੇ। ਰਿਸ਼ਤਾ ਰੁਸ਼ਤਾ ਰਾਜਨੀਤੀ ਚ ਕਿਹੜਾ ਹੁੰਦਾ ਜੀ, ਸਕੇ ਪਿਓ ਨੂੰ ਵੀ ਨੀ ਬਖਸ਼ਦੇ ਜਦੋਂ ਇਹ ਪੰਗਾ ਪੈਂਦਾ। ਚਲੋ ਖੈਰ, ਬੜੀ ਮਿਹਰਬਾਨੀ ਕਾਲ ਕਰਨ ਵਾਸਤੇ ਤੁਹਾਡੀ, ਓਕੇ ਜੀ। ਹੈਲੋ 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 ਜੀ, ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਸੁਰਿੰਦਰ ਸਿੰਘ ਜੀ, ਹੋਰ ਕੀ ਹਾਲ ਚਾਲ ਚੱਕੀ ਵੀਰੇ? ਬਸ ਕਿਰਪਾ ਜੀ ਕਿਰਪਾ, ਤੇ ਮੈਂ ਤੇ ਕਿਹਾ ਵੀ ਚਲੋ ਜਸ਼ਨ ਮਨਾਈ ਜਾਂਦੇ ਨੇ ਪੰਜਾਬ 'ਚ, ਤੇ ਆਪਾਂ ਵੀ ਚਲੇ ਉੱਧਰ ਥੋੜ੍ਹਾ ਬਹੁਤ ਜਸ਼ਨ ਮਨਾ ਲਈਏ। ਮਾੜਾ ਹੋਲਡ ਰੱਖਿਓ, ਮੈਂ ਸੋਰੀ, ਬਿਨ ਅਸਲ ਦੇ ਵਿੱਚ ਕਾਲਾਂ ਵਿੱਚੋਂ ਫਿਰ ਡਰੋਪ ਕਰ ਜਾਂਦੀਆਂ ਬਹੁਤ ਸਾਰੀਆਂ, ਅਗਰ ਹੋਲਡ ਨਹੀਂ ਕਰਦੇ ਤਾਂ। ਹੈਲੋ ਹਾਂਜੀ ਸੁਰਿੰਦਰ ਸਿੰਘ ਜੀ, ਹਾਂਜੀ ਜੀ, ਜਸ਼ਨ ਤਾਂ ਮਨਾਉਣੇ ਆ ਜੀ, ਹੁਣ ਜਦ ਚੋਣਾਂ ਜਿੱਤ ਗਏ ਜਸ਼ਨ ਤਾਂ ਮਨਾਉਣੇ ਚਾਹੀਦੇ ਵੀ ਆ। ਨਹੀਂ ਮਤਲਬ ਇਹ ਤਾਂ ਨਹੀਂ ਵੀ ਲੈ ਫਿਰ ਐਤਕੀ ਯਾਰ ਤੂੰ ਮੈਨੂੰ ਕਰ ਲੈਂਦੇ ਤਾਂ ਅਗਲੀ ਵਾਰ ਚੱਤ ਤੂੰ ਆ ਜੀ, ਕੋਈ ਨਹੀਂ। ਆਹੋ ਇਹ ਤਾਂ ਹੈ ਹੀ ਆ, ਹੁਣ ਜਿੱਦਾਂ ਫਗਵਾੜੇ ਵਾਲੀ ਸੀਟ ਤੇ ਉਹ ਦੂਜੇ ਵਾਲੀ ਸੀਟ ਤੇ, ਇਹ ਜਿਹੜਾ ਬੱਲਾ ਇਹਨਾਂ ਦਾ ਪਿੰਡ ਜਾਂ ਇਹ ਕਰਤਾਰਪੁਰ 'ਚ ਪੈਂਦਾ ਹੋਊ ਜਾਂ ਆਦਮਪੁਰ 'ਚ ਪੈਂਦਾ ਜੀ? ਨਹੀਂ 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 ਬੱਲਾ ਫਗਵਾੜੇ ਕੋਲੇ ਆ। ਨਹੀਂ 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 ਰਾਜਪੁਰ ਬੱਲਾ, ਰਾਜਪੁਰ ਬੱਲਾ।
ਹਾਂ ਜੀ, ਇਹ ਕਰਤਾਰਪੁਰ ਆਪਣੇ ਭੋਗਪੁਰ ਰੋਡ ਤੇ ਜਲੰਧਰੋਂ 8-9 ਵੀ ਗਾਹਾਂ ਜਾ ਕੇ ਬਾਹਰ ਨੂੰ। ਅੱਛਾ ਅੱਛਾ, ਚਲੋ ਬੱਲਾ ਡੇਰਾ ਉਹ ਥੋੜਾ ਜਿਹਾ ਵਿੱਚ ਨੂੰ ਪੈਂਦਾ, ਕਰਤਾਰਪੁਰ ਚ ਪੈਂਦਾ ਹੁਣ, ਇਸ ਕਰਤਾਰਪੁਰ ਸੀਟ ਚ ਪੈਂਦਾ ਇਹ ਪਿੰਡ। ਹਾਂਜੀ, ਫਿਰ ਕਿਸੇ ਹੋਰ ਕੰਮ ਗਏ ਹੁਣ ਕੈਪਟਨ ਸਾਹਿਬ? ਨਹੀਂ ਉਹ ਗਏ ਹੁਣ ਡੇਰੇ ਤੇ, ਬੱਲਾ ਡੇਰਾ ਬਹੁਤ ਵੱਡਾ ਨਾ ਜੀ, ਨਹੀਂ ਉਦੋਂ ਅੱਗਾ ਅੱਗਾ ਬਹੁਤ ਲੜਨਾ ਸੀ ਪੰਜਾਬ ਸਾੜਤਾ ਸੀ। ਹਾਂ, ਉਹਨਾਂ ਦੇ ਪੈਰੋਕਾਰ ਤਾਂ ਸਾਰੇ ਹੈਗੇ ਨੇ, ਚਾਹੇ ਫਗਵਾੜੇ ਦੀ ਗੱਲ ਕਰੀਏ ਜਾਂ ਮੁਕੇਰੀਆਂ ਦੀ ਗੱਲ ਕਰੀਏ। ਚਲੋ ਖੈਰ ਆਪਾਂ, ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਲੈਕਸ਼ਨਾਂ ਬਾਰੇ? ਵੋਟਾਂ ਵੋਟਾਂ 'ਚ ਖੜਨ ਦਾ ਹੈ ਵਿਚਾਰ ਕਿਤੇ ਪੰਜਾਬ 'ਚ? ਨਹੀਂ ਨਾ, ਵੋਟਾਂ 'ਚ ਆਪਾਂ ਨੂੰ ਉੱਥੇ ਕਿਨ ਖੜਨ ਦੇਣਾ, ਮੈਂ ਕਹਿੰਦਾ ਉੱਥੇ ਜਾਏ ਲੜ ਦੇਣ ਪੰਜਾਬ 'ਚ, ਤਾਂ ਵੀ ਚੰਗਾ ਹੈ, ਵੋਟਾਂ ਇੱਕ ਪਾਸੇ ਰਹਿ ਗਈਆਂ। ਨਹੀਂ ਨਹੀਂ, ਵੋਟਾਂ ਨੂੰ ਤਾਂ ਜੇ ਖੜ ਸਕਦੇ, ਨੀਟੂ ਛੱਡਰ ਵਾਲਾ ਖੜ ਸਕਦਾ ਜੀ, ਆਪਾਂ ਉਹਨੂੰ ਤਾਂ ਚੰਗੇ ਹੀ ਹਾਂ। ਖੜ ਤਾਂ ਸਕਦੇ ਹਾਂ, ਪਰ ਖੜ ਕੇ ਆਪਾਂ ਨੂੰ ਉੱਥੇ ਪੁੱਛਣਾ ਕਿਸੇ ਨੀ, ਫਿਰ ਕਿੱਦਾਂ ਕਰਾਂਗੇ? ਚਲੋ ਮਿਹਰਬਾਨੀ ਜੀ, ਮਿਹਰਬਾਨੀ। ਜਿਹੜਾ ਆਪਣੇ ਜੱਦੀ ਜੀ ਜੱਗੀ ਵੀਰੇ ਵੋਟਾਂ ਪਈਆਂ ਹੁਣ, ਜਿੱਤਣ ਬਾਅਦ ਪਰਾਇਆ ਲੱਗਦਾ, ਚੋਣਾਂ ਵਿੱਚ ਹਮਸਾਇਆ ਲੱਗਦਾ। ਜੀ ਜੀ ਜੀ, ਠੰਡਾ ਸੀ ਚੋਣਾਂ ਤੋਂ ਪਹਿਲਾਂ, ਮੀਡੀਆ ਨੇ ਭੜਕਾਇਆ ਲੱਗਦਾ, ਪੱਤਰਕਾਰਾਂ ਨੂੰ ਕਰੇ ਸਵਾਲ, ਗੈਰਾਂ ਸਬਕ ਪੜਾਇਆ ਲੱਗਦਾ, ਥੱਕ ਟੁੱਟ ਕੇ ਸੌਂ ਗਿਆ ਦੇਤਾ, ਵੋਟਰ ਨੇ ਕਰਕਾਇਆ ਲੱਗਦਾ, ਲੋੜ ਪੈਣ ਤੇ ਨਜ਼ਰਾਂ ਫੇਰੇ, ਉਸਨੇ ਦਰਦ ਹੰਢਾਇਆ ਲੱਗਦਾ, ਡਰੇ ਹੋਏ ਨੂੰ ਹੋਰ ਡਰਾਵੇ ਖਾਕੀ ਭੂਤ ਦਾ ਸਾਇਆ ਲੱਗਦਾ, ਡਰੇ ਹੋਏ ਨੂੰ ਹੋਰ ਡਰਾਵੇ ਖਾਕੀ ਭੂਤ ਦਾ ਸਾਇਆ ਲੱਗਦਾ। ਜੀ ਜੀ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ। ਬਾਕੀ ਕਾਲਾਂ ਜਿਹੜੀਆਂ ਬ੍ਰੇਕ ਤੋਂ ਬਾਅਦ ਲਵਾਂਗੇ, ਫਿਲਹਾਲ ਦੇਖਦੇ ਰਹੋ ਜਸ ਪੰਜਾਬੀ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਜੀ ਹਾਜ਼ਰ ਹਾਂ ਬ੍ਰੇਕ ਤੋਂ ਬਾਅਦ, ਅਤੇ ਗੱਲਬਾਤ ਚੱਲਦੀ ਹੈ ਰਾਜਨੀਤੀ ਦੀ, ਕੀ ਵਿਚਾਰ ਨੇ ਤੁਹਾਡੇ, ਤੁਹਾਡੀਆਂ ਕਾਲਾਂ ਲੈਂਦੇ ਹਾਂ, ਜਾਣਦੇ ਹਾਂ ਵਿਚਾਰ। ਹੈਲੋ ਹੈਲੋ ਜੀ, ਜੀ ਸਤਿ ਸ਼੍ਰੀ ਅਕਾਲ ਜੀ, ਸਾਹ ਗਿਆਨ ਸਿੰਘ ਜੀ। ਹਾਂ ਮੈਂ, ਚਲੋ ਰਾਜਨੀਤੀ ਬਾਰੇ ਤਾਂ ਬਹੁਤ ਕੁਛ ਸਾਰਿਆਂ ਨੂੰ ਪਤਾ ਆ, ਤੁਹਾਨੂੰ ਜ਼ਿਆਦਾ ਪਤਾ ਸਗੋਂ, ਮੈਂ ਥੋੜਾ ਜਿਹਾ ਇਨਫੋਰਮੇਸ਼ਨ ਦੇਣੀ। ਤੁਸੀਂ ਹੁਣੇ ਹੋਠੀ ਨੂੰ ਪੁੱਛਿਆ ਸੀ ਪਿੰਡ ਕਿਹੜਾ ਤੇਰਾ, ਹੈਨਾ ਜੀ, ਉਹ ਦੱਸ ਨਹੀਂ ਨਾ ਸਕਿਆ। ਨਹੀਂ, ਪਿੰਡ ਦੱਸਦਾ ਸੀ ਕਿਹੜੀ ਕੌਂਸਟੀਚੁਐਂਸੀ 'ਚ ਪੈਂਦਾ। ਹਾਂ ਮੈਂ ਦੱਸਣ ਲੱਗਾ ਤੁਹਾਨੂੰ ਉਹੀ, ਉਹ ਮਤਲਬ ਇਹ ਪਿੰਡ ਹੈਗਾ ਟਾਂਡਾ ਰੋਡ ਤੇ, ਹੈ ਜੀ ਦੱਸਿਆ, ਰਾਮਪੁਰ ਬੱਲਾ, ਰਾਮਪੁਰ ਬੱਲਾ ਪਿੰਡ ਆ ਇਹ, ਦੋ ਪਿੰਡ ਜੁੜ ਕੇ ਇੱਕ ਰਾਮਪੁਰ ਪਿੰਡ ਆ, ਨਾਲ ਬਲ ਪਿੰਡ ਆ, ਉਹਨੂੰ ਰਾਮਪੁਰ ਬੱਲਾ, ਕਿਉਂ ਬਲ ਤਾਂ ਕਈ ਜਗ੍ਹਾ ਹੈਗੇ ਆ, ਤੁਹਾਡੇ ਪਿੰਡਾਂ ਵੱਲ ਵੀ ਆਪਣੇ ਮਸੀਹਾਂ ਕੋਲ ਵੀ ਨਵੇਂ ਪੁਰਾਣੇ ਬਲ ਹੈਗੇ ਆ, ਤਾਂ ਹੋਰ ਵੀ ਕਈ ਪਾਸੇ ਬਲ ਨਾ, ਇਹਨੂੰ ਰਾਮਪੁਰ ਬੱਲਾ ਕਹਿੰਦੇ ਆ, ਇਹ ਟਾਂਡਾ ਰੋਡ ਤੇ ਹੈਗਾ, ਕਿਸ਼ਨਗੜ੍ਹ ਦੇ ਨਾਲ ਹੀ ਕਰਕੇ, ਹੈਨਾ ਖੱਬੇ ਪਾਸੇ ਜਾਂਦੇ ਆ, ਉਹਨੂੰ ਬੜਾ ਮਸ਼ਹੂਰ ਪਿੰਡ ਹੈ, ਪਿੱਛੇ 2008 'ਚ ਬਾਬਿਆਂ ਦੀ ਇੱਕ ਕਤਲ ਹੋਇਆ ਸੀਗਾ ਬਾਹਰ, ਆਸਟ੍ਰੇਲੀਆ 'ਚ, ਹਾਂ ਉਹ ਇਹੀ ਬਾਬੇ, ਉਹ ਇਹਨਾਂ ਬਾਬਿਆਂ ਦਾ ਬਾਬਾ ਸੀ, ਉਹ ਵੀ ਆਸਟ੍ਰੇਲੀਆ ਦੇ ਵਿੱਚ ਹੋਇਆ ਸੀ, ਆਸਟ੍ਰੇਲੀਆ 'ਚ ਕੀਤਾ ਸੀ ਕਤਲ, 2008 ਦੀ ਗੱਲ ਆ, ਪੂਰਾ ਚੇਤਾ ਜੂਨ ਜੁਲਾਈ 'ਚ, ਗੁਰਦੀਪ ਸਿੰਘ ਕਿਸੇ ਮੇਰੇ ਸੈੱਲ ਨੰਬਰ ਤੇ, ਉਹ ਤੁਹਾਡਾ ਨੰਬਰ ਕਹਿੰਦੇ ਸੀ ਵੀ ਮੈਨੂੰ ਉਹਨਾਂ ਦਾ ਨੰਬਰ ਦੇ ਦਿਓ, ਤੇ ਮੈਂ ਕਿਹਾ ਜੀ ਮੈਂ ਪੁੱਛ ਕੇ ਨੰਬਰ ਦੇ ਸਕਦਾ, ਕੋਈ ਨੀ ਦੇ ਦਿਓ, ਕੋਈ ਨੀ ਦੇ ਦਿਓ, ਆਪਣੇ ਰਿਸ਼ਤੇਦਾਰ ਹੀ ਆ, ਕੋਈ ਨੀ ਦੇ ਦਿਓ ਨੰਬਰ ਉਹਨਾਂ ਨੂੰ ਤੇ ਦੇ ਦਿਓ। ਹਾਂਜੀ ਸਾਡੇ ਥਰੂ ਹੋ ਜਾਂਦੇ ਸੀਗੇ ਵੀ, ਚਲੋ ਓਦਾਂ ਕੋਈ ਸਾਡਾ ਸਾਡਾ ਬਿਜ਼ਨਸ ਨਹੀਂ ਸੀਗਾ, ਐਵੇਂ ਸ਼ੌਕ, ਹਰ ਇੱਕ ਨੂੰ ਕੋਈ ਨਾ ਕੋਈ ਸ਼ੌਕ ਹੁੰਦਾ ਹੀ ਆ ਨਾ। ਜੀ ਜੀ ਜੀ, ਚਲੋ ਚੰਗੀ ਗੱਲ ਹੈ ਜੀ, ਦੋ ਪਰਿਵਾਰਾਂ ਨੂੰ ਮੇਲ ਦੇ ਦਿਓ, ਹਾਂ ਦੇ ਦਿਓ ਟਾਲਕ ਨੰਬਰ, ਦੇ ਦਿਓ ਟਾਲਕ ਨੰਬਰ। ਅੱਛਾ, ਕੀ ਕੋਈ ਰਾਜਨੀਤੀ, ਪੰਜਾਬ ਦੀ ਰਾਜਨੀਤੀ ਬਾਰੇ ਦੋ ਸ਼ਬਦ ਜ਼ਰੂਰ ਦੱਸੋ। ਨਹੀਂ ਮੈਂ ਜੱਗੀ ਸਾਹਿਬ, ਰਾਜਨੀਤੀ ਤਾਂ ਪਤਾ ਹੀ ਹੈ ਵੀ ਲੁੱਚਾ ਲੈਂਦਾ ਚੌਧਰੀ ਹੁੰਦਾ ਆ, ਤੇ ਇਹ ਚ ਜੇ ਚ ਕੋਈ ਜਿਹੜਾ ਕੁਝ ਬੰਦਾ ਚੰਗਾ ਉਹਦੇ ਇਸ ਕੰਮ ਚ ਆਉਂਦਾ ਹੀ ਨੀਗਾ, ਠੀਕ, ਬਹੁਤੀ ਗੱਲ ਆਪਾਂ ਕੀ ਵਧਾਉਣੀ, ਠੀਕ ਨਹੀਂ, ਇਹ ਬੰਦੇ ਉਹ ਏਦਾਂ ਹੀ ਹੁੰਦੇ, ਤੁਹਾਨੂੰ ਪਤਾ ਹੀ ਆ, ਤੁਹਾਨੂੰ ਕਿਹੜੀ ਰਾਜਨੀਤੀ ਭੁੱਲੀ ਆ, ਜਿੰਨੀ ਖਰਾਬ ਰਾਜਨੀਤੀ ਸਾਡੇ ਮੁਲਕ ਦੀ ਆ, ਕਿਤੇ ਵੀ ਦੁਨੀਆਂ 'ਚ ਰਹਿ ਗਈ, ਕੀ ਕੁਛ ਨੀ ਗੰਦ ਖਿਲਾਰਦੇ, ਕੀ ਨੀ ਕਰਦੇ ਜੀ, ਮਿਹਰਬਾਨੀ, ਘਾਟੀ ਘਾਟੀ ਤੋਂ ਲਗ ਰੱਖੀ ਦਾ, ਬਹੁਤ ਮਿਹਰਬਾਨੀ ਜੀ। ਹੈਲੋ 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 ਜੀ, ਸਤਿ ਸ਼੍ਰੀ ਅਕਾਲ। ਹਾਂਜੀ ਜਗਤਾਰ ਸਿੰਘ ਜੀ, ਮੈਂ ਗੁਰਮੇਲ ਸਿੰਘ ਧੀ ਬੋਲਦਾ ਜੀ, ਬ੍ਰਮਟਨ ਕੈਨੇਡਾ ਤੋਂ। ਜੀ ਧੀਰ ਸਾਹਿਬ, ਬਹੁਤ ਬਹੁਤ ਸਵਾਗਤ ਹੈ, ਕਾਫੀ ਦਿਨਾਂ ਬਾਅਦ ਮੇਰੇ ਖਿਆਲ ਦਰਸ਼ਨ ਮਿਲੇ ਹੋਏ ਫੋਨ ਤੇ। ਹਾਂ ਜੀ, ਕਿਉਂਕਿ ਉਹ ਇਸ ਕਰਕੇ ਮੈਂ ਤੁਹਾਨੂੰ ਦੱਸਣ ਗਿਆ ਕਿ ਸਾਡੇ ਇੱਥੇ ਕੈਨੇਡਾ ਦੇ ਵਿੱਚ ਇਲੈਕਸ਼ਨ ਚੱਲ ਰਹੀ ਸੀ। ਚਲੋ ਜੀ, ਬਹੁਤ ਵਧੀਆ, ਬਹੁਤ ਵਧੀਆ। ਹਾਂਜੀ ਉਹ, ਹੈਲੋ, ਹਾਂਜੀ ਹਾਂਜੀ, ਤੇ ਉਹ ਉਹਦੀ ਵਜ੍ਹਾ ਕਰਕੇ ਨਾ ਉਧਰ ਡਿਬੇਟ ਵੀ ਆਉਂਦੀਆਂ, ਮੈਂ ਇਹੀ ਦੱਸਣ ਲੱਗਿਆ ਸੀ ਵੀ ਦੇਖੋ ਇੱਥੇ ਸਾਡੇ ਇਲੈਕਸ਼ਨ ਹੋਏ ਨੇ, ਡਿਬੇਟ ਹੋਏ ਆ, ਲੋਕਾਂ ਨੇ ਜੋ ਡਿਬੇਟ ਦੇ ਵਿੱਚ ਜਿਸ ਕਿਸੇ ਲੀਡਰ ਨੂੰ ਪਸੰਦ ਕੀਤਾ, ਜਿਸ ਤਰ੍ਹਾਂ ਮੇਰੀ ਚੋਇਸ, ਮੈਂ ਇਸ ਕਰਕੇ ਨੀ ਵੀ ਇੱਕ ਸਿੱਖ ਕਿਰਦਾਰ ਨੂੰ ਮੈਂ ਵੋਟ ਪਾਈ, ਮੈਂ ਜਗਮੀਤ ਸਿੰਘ ਦਾ ਜਦੋਂ ਡਿਬੇਟ ਸੁਣਿਆ, ਮੈਂ ਉਸਦੀ ਬਹੁਤ ਅੱਛੀ ਕਾਰਗੁਜ਼ਾਰੀ ਉਹਨੇ ਕੀਤੀ, ਉਸ ਆਧਾਰ ਤੇ ਮੈਂ
ਉਹਦੇ ਕੈਂਡੀਡੇਟ ਨੂੰ ਵੋਟ ਪਾਏਗੀ ਜੀ। ਔਰ ਬਾਕੀ ਉੱਥੇ ਇੰਡੀਆ ਦੇ ਵਿੱਚ ਤੁਸੀਂ ਦੇਖੋ ਉੱਥੇ ਨਾ ਕੋਈ ਡਿਬੇਟ ਕਰਦੇ ਨੇ, ਨਾ ਲੀਡਰ ਦਾ ਇਕੱਠ ਹੁੰਦਾ, ਤੇ ਜੇ ਉੱਥੇ ਆਪਸ ਵਿੱਚ ਹੀ ਕੋਈ ਰਿਪੋਰਟਰ ਵੀ ਗੱਲਾਂ ਕਰਦੇ ਤਾਂ ਉਹ ਆਪਸ ਵਿੱਚ ਹੀ ਬੋਲੀ ਜਾਂਦੇ, ਸਮਝ ਜਰਾ ਨਹੀਂ ਆਉਂਦੀ ਕੀ ਗੱਲ ਕਰਦੇ ਆ। ਤੇ ਉਹ ਬੇਈਮਾਨੀ, ਉੱਥੇ ਇੱਥੇ ਸਾਡੇ ਇਲੈਕਸ਼ਨ ਹੋਏ ਨੇ, ਕੋਈ ਸ਼ਰਾਬ ਨਹੀਂ ਵਰਤੀ, ਕੋਈ ਭੁੱਕੀ ਨਹੀਂ, ਕੋਈ ਪੈਸਾ ਨਹੀਂ, ਉੱਥੇ ਤਾਂ ਉਹ ਇਲੈਕਸ਼ਨ ਕਾਹਦੇ ਆ ਜੀ ਇੰਡੀਆ ਦੇ। ਉੱਥੇ ਡਿਬੇਟ ਨਹੀਂ, ਉੱਥੇ ਰੈਲੀਆਂ ਹੁੰਦੀਆਂ ਨੇ, ਰੈਲੀਆਂ ਚ ਇਕੱਠ, ਧੱਕਾ ਮੁੱਕੀ, ਸ਼ਰਾਬ ਵਰਤਾਓ, ਹਾਂ ਗੋਲੀ ਵੀ ਚੱਲਦੀ ਆ, ਗੋਲੀ ਵੀ ਚੱਲਦੀ ਆ ਜੀ। ਇੰਡੀਆ ਲੈਵਲ ਤੇ ਜੇ ਤੁਸੀਂ ਦੇਖੋ ਕਈ ਸੂਬਿਆਂ ਚ ਗੋਲੀ ਵੀ ਚੱਲਦੀ ਆ, ਉਹ ਇਲੈਕਸ਼ਨ ਕਾਹਦੇ ਨੇ? ਨਹੀਂ ਉੱਥੇ ਤਾਂ ਜੀ ਪੂਰੀ ਬਦਮਾਸ਼ੀ ਆ। ਅਸਲ ਇਲੈਕਸ਼ਨ ਇਹ ਨੇ ਕੈਨੇਡਾ ਦੇ ਵਿੱਚ, ਕਿੰਨੇ ਸਮੂਥਲੀ, ਕਿੰਨੇ ਵਧੀਆ ਤਰੀਕੇ ਨਾਲ, ਕਿੰਨਾ ਸੋਹਣਾ ਸਿਸਟਮ ਸਾਰੇ। ਹਾਂਜੀ ਚਲੋ ਮਿਹਰਬਾਨੀ ਜੀ, ਇੰਡੀਆ ਵਾਲਿਆਂ ਨੇ ਡੈਮੋਕ੍ਰੇਸੀ ਤਾਂ ਇਹਨਾਂ ਦੀ ਰੀਸ ਨਾਲ ਕਰ ਲਈ, ਪਰ ਜੇ ਉਹ ਡੈਮੋਕ੍ਰੇਸੀ ਦੇਖਣੀ ਆ ਉਹਨਾਂ ਨੂੰ ਵੈਸਟਰਨ ਕੰਟਰੀ ਤੋਂ ਸਿੱਖਣੀ ਚਾਹੀਦੀ ਆ। ਬਿਲਕੁਲ ਜੀ ਬਿਲਕੁਲ, ਬਹੁਤ ਮਿਹਰਬਾਨੀ, ਉਹਨਾਂ ਨੇ ਕੋਈ ਨਹੀਂ ਸਿੱਖਣੀ ਜੀ, ਇਹ ਤੁਸੀਂ ਦੇਖ ਲੈਣਾ। ਬਹੁਤ ਮਿਹਰਬਾਨੀ ਧੀਰ ਸਾਹਿਬ, ਬਹੁਤ ਮਿਹਰਬਾਨੀ। ਸਮਾਂ ਅੱਗੇ ਆ ਗਿਆ ਨਹੀਂ, ਜ਼ਿਆਦਾ ਇੱਕ ਬ੍ਰੇਕ ਲੈਣੀ ਪਏਗੀ, ਬ੍ਰੇਕ ਤੋਂ ਬਾਅਦ ਹੁਣ ਕਾਲਾਂ ਨਹੀਂ ਲੈ ਹੋਣੀਆਂ, ਕਿਉਂਕਿ ਘੜੀ ਦੱਸਦੀ ਹੈ ਬ੍ਰੇਕ ਤੋਂ ਬਾਅਦ ਸਮਾਂ ਕਾਲਾਂ ਦਾ ਨਹੀਂ ਬਚਣਾ। ਫਿਲਹਾਲ ਬ੍ਰੇਕ ਦੇਖਦੇ ਰਹੋ ਜਸ ਪੰਜਾਬੀ ਜੀ, ਪ੍ਰੋਗਰਾਮ ਦਾ ਆਖਰੀ ਪੜਾਅ, ਅਤੇ ਆਖਰੀ ਪੜਾਅ ਦੇ ਵਿੱਚ ਕਾਲਾਂ ਹੋਰ ਨਹੀਂ ਲੈ ਹੋਣੀਆਂ। ਗੱਲਬਾਤ ਕਰਦੇ ਹਾਂ ਕਿ ਸਾਡੀ ਟੀਮ ਜਿਹੜੀ ਆ ਨਿਊਯਾਰਕ ਤੋਂ ਚੱਲੀ ਹੋਈ ਹੈ, ਤਕਰੀਬਨ ਅੱਧਕ 'ਚ ਪਹੁੰਚ ਗਈ ਹੈ, ਬਾਈ ਰੋਡ ਆ ਰਹੇ ਨੇ। ਹਰ ਰੋਜ਼ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਪ੍ਰੋਗਰਾਮ ਕਰਦੇ ਹੋਏ ਉਹ ਆ ਰਹੇ ਨੇ। ਸਭ ਤੋਂ ਪਹਿਲਾਂ ਉਹਨਾਂ ਸ਼ਹਿਰਾਂ ਵਾਲੇ ਨਿਵਾਸੀਆਂ ਦਾ ਸਾਰਾ ਧੰਨਵਾਦ ਕਰਦੇ ਹਾਂ ਜਿਹੜੇ ਸਾਡਾ ਇੰਨਾ ਸਾਥ ਦਿੰਦੇ ਨੇ, ਸਾਨੂੰ ਇੰਨਾ ਪਿਆਰ ਦਿੰਦੇ ਨੇ। ਇਹ ਜਸ ਰੋਡ ਟ੍ਰਿਪ ਜਿਹੜਾ ਹੈਗਾ, ਜਸ ਰੋਡ ਟ੍ਰਿਪ ਕਰੋਸ ਦਾ ਕੰਟਰੀ, ਇਹ ਰੋਡ ਟ੍ਰਿਪ ਹੈਗਾ ਪਾਵਰਡ ਬਾਈ ਸਲਿੰਗ। ਅਤੇ ਇੱਥੇ ਟੀਮ ਨੇ ਪਹੁੰਚਣਾ ਹੈਗਾ, ਮੈਂ ਹੋਰ 4-5 ਦਿਨਾਂ ਨੂੰ ਮੁੜ ਕੇ ਸੈਕਰਾਮੈਂਟੋ ਦੇ ਏਰੀਆ 'ਚ ਪ੍ਰੋਗਰਾਮ ਕਰਾਂਗੇ, ਨਾਲ ਨਾਲ ਯੂਨੀਵਰਸਿਟੀ ਦਾ ਲਾਈਵ ਪ੍ਰੋਗਰਾਮ ਉਹ ਵੀ ਕਰਨਾ। ਅਤੇ ਕੱਲ੍ਹ ਨੂੰ ਜਿਹੜਾ ਪ੍ਰੋਗਰਾਮ ਆ ਮੈਂ ਜਿਹੜਾ ਕਰਨਾ ਹੈਗਾ ਜਲਵੇ ਜੱਗੀ ਦੇ ਪ੍ਰੋਗਰਾਮ, ਉਹ ਫਰਿਜਨੋ ਤੋਂ JS ਇੰਸ਼ੋਰੈਂਸ ਏਜੰਸੀ ਜਿਹੜੀ ਹੈਗੀ ਆ ਜਗਦੀਪ ਸਿੰਘ ਹੁਣਾਂ ਦੀ, ਸਾਰੇ ਜਾਣਦੇ ਨੇ ਫਰਿਜਨੋ ਏਰੀਏ ਦੇ ਲੋਕ, ਕੱਲ੍ਹ ਸ਼ਾਮ ਦਾ ਪ੍ਰੋਗਰਾਮ ਉਹਨਾਂ ਦੇ ਦਫ਼ਤਰ ਦੇ ਵਿੱਚੋਂ ਲਾਈਵ ਕਰਾਂਗੇ। ਕਾਰਨ ਉਹਦਾ ਇਹ ਹੈ ਕਿ ਅੱਜ ਕੱਲ੍ਹ ਇੰਸ਼ੋਰੈਂਸ ਜਿਹੜੀ ਉਹ ਡਿਊ ਹੋਈ ਆ ਵਾਹਵਾ ਕੇਅਰ ਆ, ਚਾਹੇ ਕੈਲੀਫੋਰਨੀਆ ਕਵਰਡ ਕੈਲੀਫੋਰਨੀਆ, ਅਤੇ ਉਹਦੇ ਬਾਰੇ ਬਹੁਤ ਸਾਰੇ ਲੋਕ ਜਿਹੜੇ ਅਵੇਅਰ ਨਹੀਂ ਹੈਗੇ ਇੰਸ਼ੋਰੈਂਸ ਬਾਰੇ, ਗੱਲਾਂ ਬਾਤਾਂ ਕਰਨ ਵਾਸਤੇ ਕੱਲ੍ਹ ਨੂੰ ਫਰਿਜਨ ਤੋਂ ਲਾਈਵ ਪ੍ਰੋਗਰਾਮ ਕਰਾਂਗੇ, ਤੁਹਾਡੀਆਂ ਕਾਲਾਂ ਲੈਣ ਦੀ ਵੀ ਉੱਥੇ ਕੋਸ਼ਿਸ਼ ਕਰਾਂਗੇ। ਫਿਲਹਾਲ ਜਿਹੜਾ ਹੈਗਾ ਅੱਜ ਲਈ ਇੰਨਾ ਹੀ ਕਾਫੀ, ਗੁਸਤਾਖੀ ਲਈ ਮਾਫੀ, ਈਮੇਲ ਕਰ ਸਕਦੇ ਹੋ ਕਿਸੇ ਵੀ ਗੱਲਬਾਤ ਵਾਸਤੇ jaggi@jasbroadcasting.com ਜਾਂ ਫਿਰ info@jasbroadcasting.com। ਇਸ ਤੋਂ ਇਲਾਵਾ ਫੇਸਬੁੱਕ, ਟਵਿੱਟਰ ਆ, ਮੇਰਾ ਸੈੱਲ ਨੰਬਰ ਤੁਹਾਡੇ ਕੋਲ ਹੈਗਾ 209-450-33-62, ਇਹਦੇ 'ਤੇ ਵੀ ਕਾਲ ਕਰਕੇ ਕੋਈ ਵੀ ਗੱਲਬਾਤ ਜਿਹੜੀ ਕਰਨੀ ਚਾਹੋ ਕਰ ਸਕਦੇ ਹੋ। ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਨਾਲੇ ਖੁਸ਼ ਰਹੋ, ਖੁਸ਼ ਰੱਖੋ, ਰੱਬ ਰੱਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ।